बचली तोर मोर मन माने जन को पूर्ण दीजे हम बल बल जाऊ रामैया कारने कारण कवन अबोल बहुत जन्म बिछड़े थे माधो यह जन्म तो मारे लेके कह रविदास आस लग जीवो चिर भयो दर्शन देखे बहुते फेर पाए किरपन को अब किछ कृपा की जय हो दयाल दर्शन दो अपना ऐसे बख्श करी जय जेता जियो पिंड सब तेरा तू अंतर जामी पुरख भगवान दासन दास कह जन नानक जेहा तू कराहे तेहा हों करी वख्यान दासन दास कह जन नानक जेहा तू कराहे तेहा हाँ करी वख्यान परम सम्मान योग शब्द गुरु सतगुरु साहिब श्री गुरु ग्रंथ साहिब महाराज जी दी पावन पवित्र हजूरी अंदर सुबाई मान खोए बैठे गुरु सवारे सत संगी जनों आप जी ने हजूर दी इलाही गुरबाणी दा रस पिना कीर्तन सरवण कीता है जी सतगुरु गुरु नानक साहिब महाराज उन्हां दे पावन पवित्र मुखार बिंद तो उचारण कीते हुए बचन जो उस एक ओंकार दी सिफत सलाह विच हजूर ने उचारण कीते ने इन्हां दी विचार आपां पिछले कुछ दिनों तो करदे आ रहे हां जिवें कल आपां ने विचार कीते सी ओ एको अंकार जिस दे नाल सानू धन गुरु नानक साहिब जी जोड़दे पए ने जिस एको अंकार तो सारा विस्तार होया है जो एक ही सारिया दे अंदर सर्व व्यापक है जो एक किसे तो पै नहीं खांदा किसे नल वैर नहीं कमांदा जिस ऊपर समय ने अपना कदी प्रभाव नहीं पाया
ਸਮੇਂ ਨੂੰ ਰਚਨ ਵਾਲਾ ਉਹ ਵੇ ਤੇ ਸਾਹਿਬ ਨੇ ਕੱਲ ਕਿਹਾ ਕਹਿਣ ਲੱਗੇ ਫਿਰ ਇਹ ਪੂਜਾ ਮੇਰਾ ਪ੍ਰਭੂ ਕਦੀ ਜੂਨਾਂ ਵਿੱਚ ਵੀ ਨਹੀਂ ਆਉਂਦਾ, ਉਹਦਾ ਕਦੀ ਜਨਮ ਨਹੀਂ ਹੋਇਆ। ਸਤਿਗੁਰੂ ਨੇ ਫਿਰ ਨਾਲ ਕਿਹਾ ਉਹ ਆਪਣੇ ਆਪ ਸੁਤੇ ਸਿੱਧ ਪ੍ਰਕਾਸ਼ ਮਾਣੇ, ਉਹਨੂੰ ਕਿਸੇ ਦੀ ਮੁਥਾਜੀ ਦੀ ਲੋੜ ਨਹੀਂ, ਉਹਨੂੰ ਕਿਸੇ ਦੇ ਆਧਾਰ ਦੀ ਲੋੜ ਨਹੀਂ, ਉਹਨੂੰ ਕਿਸੇ ਦੀ ਦੀ ਲੋੜ ਨਹੀਂ, ਉਹ ਤਾਂ ਆਪਣੇ ਆਪ ਹੀ ਪ੍ਰਕਾਸ਼ ਮਾਣੇ। ਤੇ ਆਓ ਇਸ ਤੋਂ ਅੱਗੇ ਫਿਰ ਜਗਿਆਸੂ ਜੇ ਪੁੱਛ ਲੈ ਮੇਰੇ ਸਤਿਗੁਰੂ, ਜਿਸ ਪਰਮੇਸ਼ਵਰ ਦੇ ਇੰਨੇ ਗੁਣ ਤੁਸੀਂ ਬਿਆਨ ਕੀਤੇ ਨੇ ਉਹਦੀ ਪ੍ਰਾਪਤੀ ਦਾ ਸਾਧਨ ਕੀ, ਕਿਰਪਾ ਕਰਕੇ ਦੱਸੋ ਨਾ, ਜਿਹੜਾ ਇੱਕ ਏ ਜਿਸ ਦਾ ਨਾਮ ਸੱਚਾ ਹੈ, ਸਭ ਨੂੰ ਬਣਾਉਣ ਵਾਲਾ ਹੈ, ਨਿਰਭਉ ਤੇ ਨਿਰਵੈਰ ਕਹਿੰਦੇ ਹੋ, ਜਿਹਦੇ ਤੇ ਸਮੇਂ ਦਾ ਪ੍ਰਭਾਵ ਨਹੀਂ, ਜੋ ਕਦੀ ਜੂਨਾਂ ਵਿੱਚ ਨਹੀਂ ਆਇਆ, ਆਪਣੇ ਆਪ ਹੀ ਜਿਹੜਾ ਪ੍ਰਕਾਸ਼ਮਾਨ ਹੈ, ਫਿਰ ਇਹਦੀ ਪ੍ਰਾਪਤੀ ਦਾ ਕੋਈ ਸਾਧਨ ਹੈ, ਕੋਈ ਤਰੀਕਾ ਹੈ? ਉਸ ਇੱਕ ਓੰਕਾਰ ਨਾਲ ਅਸੀਂ ਮਿਲ ਸਕੀਏ, ਕਿਤੇ ਗੁਰੂ ਕਿਰਪਾ ਨਾਲ ਸਾਨੂੰ ਉਸ ਦੀ ਪ੍ਰਾਪਤੀ ਹੋ ਜਾਏ। ਤੇ ਸਤਿਗੁਰੂ ਨੇ ਉਹਦਾ ਤਰੀਕਾ ਅੱਜ ਦੱਸਿਆ, ਉਹ ਵੀ ਗੁਰ ਪ੍ਰਸਾਦ। ਆਓ ਹਜ਼ੂਰ ਦੇ ਇਹਨਾਂ ਬਚਨਾਂ ਦੀ ਵਿਚਾਰ ਆਪਾਂ ਨੇ ਕਰਨੀ। ਸਮੂਹ ਮਾਈ ਭਾਈ ਬੜੇ ਪਿਆਰ ਅਦਬ ਦੇ ਨਾਲ ਸੁਰਤ ਗੁਰਦੇਵ ਦੇ ਚਰਨਾਂ ਅੰਦਰ ਜੋੜੋ, ਆਸ਼ੀਸ਼ ਬਖਸ਼ੋ, ਧੰਨ ਗੁਰੂ ਨਾਨਕ ਦੇਵ ਮਹਾਰਾਜ, ਆਪ ਹੀ ਕਿਰਪਾ ਕਰੋ, ਆਪ ਹੀ ਬਖਸ਼ਿਸ਼ ਕਰਕੇ ਨਰੋਲ ਗੁਰਮਤ ਅਨੁਸਾਰ ਸ਼ਰਧਾ ਪ੍ਰੇਮ ਨਾਲ ਭੇਜ ਕੇ ਆਪਣੇ ਪਵਿੱਤਰ ਬਚਨਾਂ ਦੀ ਵਿਚਾਰ ਕਰਾ ਲਵੋ। ਕਰੋ ਕਿਰਪਾ ਸਾਧ ਸੰਗਤ ਜੀ, ਔਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿ ਗੁਰੂ ਜੀ। ਕਰੋ ਬਖਸ਼ਿਸ਼ ਪਿਆਰਿਓ, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿ ਗੁਰੂ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਸ ਇੱਕ ਓੰਕਾਰ ਦੇ ਗੁਣਾਂ ਦੇ ਨਾਲ ਜੋ ਪ੍ਰਾਪਤੀ ਦਾ ਸਾਧਨ ਦੱਸੇ, ਉਹਦਾ ਮਿਲਾਪ ਕਿਵੇਂ ਹੋ ਸਕਦਾ ਹੈ, ਉਸ ਇੱਕ ਓੰਕਾਰ ਨਾਲ ਜੁੜਿਆ ਕਿਵੇਂ ਜਾ ਸਕਦਾ ਹੈ? ਕੀ ਕੋਈ ਤਪ ਕਰਨੇ ਪੈਂਦੇ ਨੇ? ਕੀ ਘਰ ਬਾਰ ਨੂੰ ਤਿਆਗ ਕੇ ਜੰਗਲ ਬੇਲਿਆਂ ਵਿੱਚ ਰਹਿਣਾ ਪੈਂਦਾ ਹੈ? ਕੀ ਪਹਾੜਾਂ ਦੀਆਂ ਗੁਫਾਵਾਂ ਵਿੱਚ ਟੇਕ ਕੇ ਕੋਈ ਧਿਆਨ ਲਾਣਾ ਪੈਂਦਾ ਹੈ? ਕੀ ਉਸ ਇੱਕ ਨੂੰ ਪਾਣ ਦੇ ਲਈ ਧੂਣੀਆਂ ਰਮਾਣੀਆਂ ਪੈਂਦੀਆਂ ਨੇ? ਤੇ ਪੁੱਛੀਏ ਸਾਹਿਬ ਉਹਦੀ ਪ੍ਰਾਪਤੀ ਕਿਵੇਂ? ਤੇ ਹਜ਼ੂਰ ਨੇ ਕਿਹਾ ਪਿਆਰਿਆ, ਜਿਹੜਾ ਬੇਅੰਤ ਗੁਣਾਂ ਦਾ ਮਾਲਕ ਏ, ਉਸ ਨੂੰ ਪਾਣ ਦਾ ਇੱਕੋ ਇੱਕ ਤਰੀਕਾ ਹੈ, ਗੁਰ ਪ੍ਰਸਾਦ। ਪ੍ਰਸਾਦ ਦਾ ਅਰਥ ਇੱਥੇ ਕਿਰਪਾ ਹੈ, ਗੁਰ ਦਾ ਅਰਥ ਹੈ ਗੁਰੂ। ਜੇ ਸਤ ਗੁਰੂ ਦੀ ਕਿਰਪਾ ਹੋ ਜਾਏ ਤਾਂ ਉਹਦੀ ਪ੍ਰਾਪਤੀ ਹੁੰਦੀ ਆ। ਆਪਣੀ ਕਮਾਈ ਦਾ ਕੋਈ ਦਾਵਾ ਨਹੀਂ, ਆਪਣੀ ਮੁਸ਼ਕਤ ਦਾ, ਆਪਣੀ ਮਿਹਨਤ ਦਾ, ਆਪਣੀ ਘਾਲਣਾ ਦਾ ਕਦੀ ਵੀ ਦਾਵਾ ਨਾ ਕਰੀ ਕਿ ਮਾਲਕਾ ਮੈਂ ਤੇਰੀ ਖਾਤਰ ਇੰਨਾ ਕੁਝ ਕਰਦਾ ਰਿਹਾ। ਜਿੱਦਣ ਵੀ ਉਹਨੇ ਘਰ ਵਿੱਚ ਆਉਣਾ, ਉਦਣ ਗੁਰੂ ਦੀ ਕਿਰਪਾ ਨਾਲ ਆਉਣਾ। ਸ਼ਬਦ ਏ ਗੁਰ ਪ੍ਰਸਾਦ। ਪਹਿਲਾਂ ਤੇ ਮੈਂ ਅਰਜ਼ ਕਰਦਿਆਂ, ਕਈ ਵਾਰੀ ਕਈ ਸੱਜਣ ਇਹਦਾ ਪਾਠ ਕਰਦੇ ਨੇ ਗੁਰ ਪ੍ਰਸਾਦ, ਸੱਸੇ ਦੇ ਪੈਰ ਥੱਲੇ ਬਿੰਦੀ ਲਾ ਦਿੰਦੇ ਆ। ਤੇ ਆਪ ਜੀ ਨੂੰ ਪਤਾ ਹੋਵੇ, ਜਦੋਂ ਅਸੀਂ ਇੱਕ ਬਿੰਦੀ ਵੀ ਇਸ ਸੱਸੇ ਦੇ ਪੈਰ ਥੱਲੇ ਲਾ ਦਿੱਤੀ ਨਾ, ਉਦੋਂ ਅਰਥ ਤਬਦੀਲ ਹੋ ਜਾਣੇ ਜੀ। ਜਦੋਂ ਆਪਾਂ ਸੱਸੇ ਥੱਲੇ ਬਿੰਦੀ ਲਾਈ, ਪ੍ਰਸ਼ਾਦ, ਪ੍ਰਸ਼ਾਦ ਆਪਾਂ ਦੇਗ ਨੂੰ ਵੀ ਕਹਿੰਦੇ ਆ, ਗੁਰੂ ਕੇ ਲੰਗਰ ਨੂੰ ਵੀ ਕਈ ਵਾਰੀ ਕਈ ਸ਼ਰਧਾ ਵਾਲੇ ਸਿੱਖ ਪ੍ਰਸ਼ਾਦ ਕਹਿ ਦਿੰਦੇ ਨੇ। ਪਰ ਇੱਥੇ ਸ਼ਬਦ ਦੇ ਪ੍ਰਸਾਦ ਬਾਣੀ ਵਿੱਚ ਇਹਦੇ ਸਵਰੂਪ ਆਉਂਦੇ ਨੇ, ਪ੍ਰਸਾਦ, ਪ੍ਰਸਾਦੇ, ਪ੍ਰਸਾਦੀ। ਧਿਆਨ ਰੱਖਣਾ ਅਰਥ ਇੱਕੋ ਹੀ ਏ, ਗੁਰੂ ਕੀ ਕਿਰਪਾ ਦੁਆਰਾ। ਤੇ ਜਦੋਂ ਅਸੀਂ ਪ੍ਰਸ਼ਾਦ ਇਹਦਾ ਉਚਾਰਨ ਕਰਾਂਗੇ ਤੇ ਅਰਥ ਤਬਦੀਲ ਹੋ ਜਾਣਗੇ। ਸਤਿਗੁਰੂ ਨੇ ਬਾਣੀ ਵਿੱਚ ਇਹੀ ਕਾਰਨ, ਜਦੋਂ ਆਪਾਂ ਸਵੇਰੇ ਅੰਮ੍ਰਿਤ ਵੇਲੇ ਗੁਰਦੇਵ ਦੀ ਨਿਤਨੇਮ ਦੀ ਬਾਣੀਆਂ ਦਾ ਜਾਪ ਕਰਨੇ ਆ, ਉੱਥੇ ਸ਼ਬਦ ਆਉਂਦਾ ਤਵ ਪ੍ਰਸਾਦ। ਗੱਲ ਉਹ ਵੀ ਇਹੀ ਏ, ਤੇਰੀ ਕਿਰਪਾ ਨਾਲ। ਤੇ ਹਜ਼ੂਰ ਇੱਥੇ ਕਹਿ ਰਹੇ ਨੇ ਗੁਰ ਪ੍ਰਸਾਦ, ਗੁਰ ਦਾ ਅਰਥ ਹੈ ਗੁਰੂ, ਪ੍ਰਸਾਦ ਦਾ ਅਰਥ ਹੈ ਕਿਰਪਾ। ਜੇ ਉਸ ਇੱਕ ਓੰਕਾਰ ਤੱਕ ਤੂੰ ਪਹੁੰਚਣਾ ਚਾਹੁੰਦਾ ਤੇ ਪ੍ਰਾਣੀ ਤੂੰ ਗੁਰੂ ਕੀ ਕਿਰਪਾ ਲੈ ਲੈ। ਹੁਣ ਇੱਥੇ ਇੱਕ ਸਵਾਲ ਉੱਠਦਾ, ਗੁਰੂ ਨਾਨਕ ਸਾਹਿਬ ਜੀ ਨੇ ਕਿਹੜੇ ਗੁਰੂ ਦੀ ਗੱਲ ਕੀਤੀ? ਕਿੱਥੋਂ ਆਪਾਂ ਪ੍ਰਸਾਦ ਲੈਣੀ ਏ, ਕਿਹਦੇ ਤੋਂ ਕਿਰਪਾ ਲੈਣੀ ਏ? ਅੱਜ ਆਮ ਤੌਰ ਤੇ ਗੁਰੂ ਸ਼ਬਦ ਜਦੋਂ ਉਚਾਰਨੇ ਆ ਨਾ, ਖਿਮਾ ਕਰਿਓ,
ਕਿ ਲੋਕ ਇਸ ਗੁਰੂ ਸ਼ਬਦ ਦੀ ਦੁਰਵਰਤੋਂ ਕਰ ਰਹੇ ਨੇ, ਕਿਉਂਕਿ ਸਤਿਗੁਰੂ ਨੇ ਕਿਸੇ ਹੋਰ ਸੰਦਰਭ ਵਿਚ ਕਿਹਾ ਤੇ ਸਾਡੇ ਕਈ ਲੋਕ ਐਸੇ ਸਮਾਜ ਵਿਚ ਨੇ ਜਿਹੜੇ ਕਹਿਣਗੇ ਗੁਰੂ ਨਾਨਕ ਨੇ ਕਿਹਾ ਗੁਰੂ ਦੀ ਕਿਰਪਾ ਨਾਲ ਮਿਲਦਾ ਤੇ ਜਿੰਨੀ ਦੇਰ ਤੱਕ ਪੂਰਾ ਗੁਰੂ ਨਹੀਂ ਮਿਲਣਾ ਓਨੀ ਦੇਰ ਤੱਕ ਪ੍ਰਾਪਤੀ ਨਹੀਂ। ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਪੂਰੇ ਮੁਰਸ਼ਦ ਤੋਂ ਬਿਨਾਂ ਉਸ ਇੱਕ ਨਾਲ ਗੱਲ ਹੀ ਨਹੀਂ ਹੋ ਸਕਦੀ, ਪਰ ਇਹ ਨਾ ਕਰੀਏ ਕਿ ਆਪਾਂ ਗੁਰੂ ਸ਼ਬਦ ਦੀ ਦੁਰਵਰਤੋਂ ਕਰਕੇ ਕਿਸੇ ਦੇਹਧਾਰੀ ਦੀ ਪੂਜਾ ਵਿਚ ਪੈ ਜਾਈਏ। ਧਿਆਨ ਦੇਣਾ ਗੁਰੂ ਦੇ ਕਿਹੜੇ ਗੁਣ ਨੇ। ਮੈਂ ਅਰਜ਼ ਕਰਾਂ, ਹਜ਼ੂਰ ਨੇ ਬਾਣੀ ਵਿਚ ਇੱਕ ਬਚਨ ਕੀਤਾ, ਪਹਿਲਾਂ ਗੁਰੂ ਦੀ ਪਰਿਭਾਸ਼ਾ ਕੀ? ਵੈਸੇ ਤਾਂ ਗੁਰੂ ਚਾਰ ਤਰ੍ਹਾਂ ਦੇ ਮੰਨੇ ਨੇ। ਗੁਰਮਤ ਦੇ ਸਾਹਿਤ ਅੰਦਰ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਬਚਨ ਬਿਲਾਸ ਹੋਏ ਸਿੱਖਾਂ ਦੇ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਵਿਚ, ਤੇ ਉਹਨਾਂ ਪੁੱਛ ਲਿਆ ਮਹਾਰਾਜ ਕਈ ਲੋਕ ਜਿਹੜੇ ਨੇ ਆਪਣੇ ਆਪ ਨੂੰ ਗੁਰੂ ਕਹਾਉਂਦੇ ਪਏ ਨੇ, ਤੇ ਵੈਸੇ ਗੁਰੂ ਦਾ ਅਖਰੀ ਅਰਥ ਜਿਹੜਾ ਗੁਰੂ ਸੰਸਕ੍ਰਿਤ ਦੀ ਗ੍ਰੀ ਧਾਤੂ ਤੋਂ ਬਣਿਆ। ਇਹ ਦੋ ਸ਼ਬਦਾਂ ਦਾ ਦੋ ਅੱਖਰਾਂ ਦਾ ਸੁਮੇਲ ਏ ਗੂ ਤੇ ਰੂਹ। ਗੂ ਦਾ ਅਰਥ ਏ ਅੰਧਕਾਰ, ਰੂਹ ਦਾ ਅਰਥ ਏ ਚਾਨਣ। ਭਾਈ ਕਾਨ ਸਿੰਘ ਨਾਭਾ ਮਹਾਨ ਕੋਸ਼ ਵਿਚ ਇਹਦਾ ਅਰਥ ਕਰਦੇ ਨੇ, ਗੁਰੂ ਹੋਵੇ ਜਿਹੜਾ ਸਾਡੇ ਅੰਦਰ ਨੂੰ ਅਗਿਆਨਤਾ ਦੇ ਹਨੇਰੇ ਵਿਚੋਂ ਕੱਢ ਕੇ ਵਾਹਿਗੁਰੂ ਜੀ ਦੇ ਨਾਮ ਦੇ ਚਾਨਣ ਵਿਚ ਲੈ ਜਾਵੇ। ਗੁਰੂ ਦਾ ਅਖਰੀ ਅਰਥ ਇਹੀ ਬਣਦਾ। ਇਹੀ ਕਾਰਨ ਜਦੋਂ ਅਸੀਂ ਪੜ੍ਹਦੇ ਹਾਂ ਨਾ ਗੁਰਦੇਵ ਦੀ ਬਾਣੀ ਵਿਚੋਂ ਜਾਂ ਭਾਈ ਗੁਰਦਾਸ ਦੀਆਂ ਵਾਰਾਂ ਵਿਚੋਂ, ਵਾਹਿਗੁਰੂ ਗੁਰਮੰਤਰ ਹੈ ਜਪ ਕੋ ਮੈਂ ਖੋਈ, ਤੇ ਮੈਂ ਇੱਕ ਅਰਜ਼ ਕਰਾਂ ਮੰਤਰ ਜਪ ਨਾਮ ਜਿਹੜਾ ਮਰਜ਼ੀ ਲੈ ਲੈ, ਜਿਹੜਾ ਮਰਜ਼ੀ ਜਪ ਲੈ, ਜਿਨ ਜਿਨ ਨਾਮ ਤੇ ਆਇਆ। ਜਾਂ ਸਾਹਿਬ ਕਹਿੰਦੇ ਨੇ ਕੋਈ ਗਾਵੇ ਕੋ ਸੁਣੇ, ਪਰ ਜਿਨੇ ਵਾਹਿਗੁਰੂ ਗੁਰਮੰਤਰ ਦੇ ਨਾਲ ਕਿਰਪਾ ਲੈਣੀ ਹੈ ਨਾ, ਸਤਿਗੁਰੂ ਦੇ ਘਰ ਦਾ ਇੱਕ ਵਿਧਾਨ ਏ, ਉਹਨੂੰ ਪੂਰੀ ਰੀਤੀ ਦੇ ਨਾਲ ਪਹਿਲਾਂ ਗੁਰਮੰਤਰ ਲੈਣਾ ਪਏਗਾ, ਗੁਰੂ ਦੀਖਿਆ ਲੈਣੀ ਪਏਗੀ। ਮੈਂ ਅਰਜ਼ ਕਰ ਰਿਹਾ ਗੁਰੂ ਦਾ ਅਰਥ ਏ ਜਿਹੜਾ ਹਨੇਰੇ ਤੋਂ ਚਾਨਣ ਵਿਚ ਲੈ ਜਾਏ। ਸ਼ਬਦ ਏ ਵਾਹਿਗੁਰੂ, ਵਾਹਿ ਦਾ ਅਰਥ ਏ ਅਸਚਰਜ। ਜਦੋਂ ਸਿੱਖ ਦੇ ਉਪਰ ਉਸ ਪਿਆਰੇ ਦੀ ਕਿਰਪਾ ਹੋਈ ਜਿਹਦੇ ਦੀਦਾਰ ਲਈ ਤੜਫਦਾ ਪਿਆ, ਜਿਹਦੇ ਦਰਸ਼ਨਾਂ ਲਈ ਦਿਨ ਰਾਤ ਜੋਦੜੀਆਂ ਕਰਦਾ, ਜਦੋਂ ਗੁਰੂ ਦੀ ਕਿਰਪਾ ਨਾਲ ਉਹਦੀ ਪ੍ਰਾਪਤੀ ਹੋਈ ਤੇ ਉਦੋਂ ਮੁੱਖ ਵਿਚੋਂ ਸ਼ਬਦ ਨਿਕਲਿਆ ਵਾਹਿਗੁਰੂ। ਹੇ ਅਸਚਰਜ ਮੇਰੇ ਦਾਤਿਆ, ਤੂੰ ਅਸਚਰਜ ਏ, ਤੂੰ ਅਜੀਬ ਏ, ਵਿਸਮਾਦ ਵਿਚ ਲਿਜਾਣ ਵਾਲਾ। ਖੈਰ ਮੈਂ ਆਪਣੇ ਵਿਸ਼ੇ ਤੇ ਫਿਰ ਆਵਾਂ। ਸਾਹਿਬ ਕਹਿ ਰਹੇ ਨੇ ਕਿ ਗੁਰੂ ਦੀ ਪਰਿਭਾਸ਼ਾ ਕੀ? ਮੈਂ ਅਰਜ਼ ਕੀਤੀ ਗੁਰੂ ਹਰਗੋਬਿੰਦ ਸਾਹਿਬ ਨੂੰ ਪੁੱਛਿਆ ਤੇ ਹਜ਼ੂਰ ਕਹਿਣ ਲੱਗੇ ਕਿ ਗੁਰੂ ਤਾਂ ਬੜੇ ਬਣੇ ਬੈਠੇ ਨੇ, ਪਰ ਆਮ ਤੌਰ ਤੇ ਗੁਰੂ ਨੂੰ ਚਾਰ ਸ਼੍ਰੇਣੀਆਂ ਵਿਚ ਵੰਡਿਆ, ਪੂਰਾ ਗੁਰੂ ਕਿਹੜਾ? ਸਾਹਿਬ ਨੇ ਪਹਿਲਾ ਬਚਨ ਕੀਤਾ, ਕਹਿਣ ਲੱਗੇ ਇੱਕ ਗੁਰੂ ਏ ਭ੍ਰਿੰਗੀ ਗੁਰੂ, ਦੂਸਰੇ ਗੁਰੂ ਦਾ ਨਾਮ ਏ ਬਾਵਨ ਚੰਦਨ ਗੁਰੂ, ਤੀਸਰੇ ਗੁਰੂ ਦਾ ਨਾਮ ਏ ਪਾਰਸ਼ ਗੁਰੂ, ਤੇ ਚੌਥੇ ਗੁਰੂ ਦਾ ਨਾਮ ਏ ਦੀਪਕ ਗੁਰੂ। ਧਿਆਨ ਦੇਣਾ ਥੋੜਾ ਜਿਹਾ, ਗੱਲ ਆਪਾਂ ਇੱਕ ਓਂਕਾਰ ਦੀ ਕਰਨੀ ਏ ਤੇ ਇੱਕ ਗੁਰੂ ਦੀ ਕਰਨੀ ਏ, ਸਿਰਫ ਇੰਨੀ ਕੁ ਗੱਲ ਕਿ ਮੇਰਾ ਗੁਰੂ ਕਿਹੜਾ। ਸਾਹਿਬ ਨੂੰ ਪੁੱਛਿਆ ਸਿੱਖਾਂ ਨੇ ਮਹਾਰਾਜ ਇਹਦਾ ਵਿਸਤਾਰ ਕਰੋਗੇ? ਹਜ਼ੂਰ ਨੇ ਕਿਹਾ, ਕਹਿਣ ਲੱਗੇ ਭ੍ਰਿੰਗੀ ਗੁਰੂ ਉਹ ਹੋਵੇ ਕਿ ਭ੍ਰਿੰਗੀ ਨਾਂ ਦਾ ਇੱਕ ਕੀੜਾ, ਉਹ ਖਾਸ ਕਿਸਮ ਦੇ ਕੀੜਿਆਂ ਨੂੰ ਖਾਸ ਰੁੱਤ ਦੇ ਅੰਦਰ ਪਕੜ ਕੇ ਲਿਆਉਂਦਾ ਤੇ ਉਹਨਾਂ ਦੇ ਮੂੰਹ ਕੋਲ ਆਪਣੇ ਮੁੱਖ ਤੋਂ ਕੁਝ ਬੋਲਦਾ ਤੇ ਉਹਦੀ ਆਵਾਜ਼ ਦਾ ਅਸਰ ਇੰਨਾ ਕੁ ਹੁੰਦਾ, ਉਹ ਕੀੜੇ ਜਿਹੜੇ ਨੇ ਕੁਝ ਸਮੇਂ ਤੋਂ ਬਾਅਦ ਉਹਦਾ ਰੂਪ ਬਣ ਕੇ ਉਹਦੇ ਵਰਗੀ ਬੋਲੀ ਬੋਲਦੇ ਨੇ। ਸਾਹਿਬ ਕਹਿਣ ਲੱਗੇ ਭ੍ਰਿੰਗੀ ਗੁਰੂ ਜਿਹੜਾ ਉਹ ਖਾਸ ਜਾਤ ਦੇ ਲੋਕਾਂ ਵਿਚ ਤਬਦੀਲੀ ਲਿਆ ਸਕਦਾ, ਪਰ ਹਰ ਇੱਕ ਕੀੜੇ ਨੂੰ ਭ੍ਰਿੰਗੀ ਜਿਹੜਾ ਯਾਦ ਰੱਖਣਾ ਆਪਣੇ ਵਰਗਾ ਨਹੀਂ ਬਣਾ ਸਕਦਾ। ਸਾਹਿਬ ਨੇ ਦੂਜਾ ਕਿਹਾ ਬਾਵਨ ਚੰਦਨ ਗੁਰੂ, ਕਹਿਣ ਲੱਗੇ ਚੰਦਨ ਦਾ ਰੁੱਖ ਖਾਸ ਖਾਸ ਰੁੱਤ ਵਿਚ ਮਹਿਕ ਦਿੰਦਾ, ਇਹ ਨਾਲ ਦੀ ਬਨਸਪਤੀ ਨੂੰ ਸੁਗੰਧੀ ਨਾਲ ਭਰਪੂਰ ਕਰਦਾ, ਪਰ ਚੰਦਨ ਦੇ ਰੁੱਖ ਵਿਚ ਇੰਨੀ ਕੁ ਤਾਕਤ ਨਹੀਂ ਕਿ ਆਪਣੇ ਨੇੜੇ ਪੈਦਾ ਹੋਏ ਬਾਂਸ ਦੇ ਰੁੱਖ ਵਿਚ ਵੀ ਆਪਣੇ ਵਰਗੀ ਮਹਿਕ ਪੈਦਾ ਕਰ ਸਕੇ, ਉਹ ਬਾਂਸ ਵਿਚ ਸੁਗੰਧੀ ਨਹੀਂ ਪੈਦਾ ਕਰ ਸਕਦਾ। ਜਿਹੜੇ ਬਾਵਨ ਚੰਦਰ ਗੁਰੂ ਦੀ ਸ਼੍ਰੇਣੀ ਵਿਚ ਨੇ ਉਹ ਆਪਣੇ ਚੇਲਿਆਂ ਦੇ ਉਹ ਆਚਾਰੀਆ ਕੁਝ ਨਾ ਕੁਝ ਤਾਂ ਜੀਵਨ ਚੇਂਜ ਕਰ ਸਕਦੇ ਨੇ, ਪਰ ਇੰਨਾ ਖਜ਼ਾਨਾ ਉਹਨਾਂ ਕੋਲ ਨਹੀਂ ਕਿ ਉਹਨਾਂ ਕੋਲ ਬਾਂਸ ਬਿਰਤੀ ਵਾਲਾ ਆਏ ਤੇ ਉਹ ਬਾਂਸ ਬਿਰਤੀ ਵਾਲੇ ਵਿਚ ਵੀ ਨਾਮ ਦੀ ਮਹਿਕ ਪੈਦਾ ਕਰ ਸਕਣ। ਸਤਿਗੁਰੂ ਨੇ ਕਿਹਾ ਤੀਸਰਾ ਹੈ ਪਾਰਸ਼ ਗੁਰੂ। ਪਾਰਸ਼ ਇੱਕ ਧਾਤ ਹੀ ਇਹਨਾਂ ਅਸੀਂ ਸੁਣਨੇ ਆ ਬਾਣੀ ਵਿਚ, ਭਾਈ ਗੁਰਦਾਸ ਨੇ ਵੀ ਕਿਹਾ, ਕਹਿਣ ਲੱਗੇ ਪਾਰਸ਼ ਤਾਂਬੇ ਨੂੰ ਲੋਹੇ ਨੂੰ ਅੱਠ ਧਾਤਾਂ ਨੇ ਜਿਹਦੇ ਨਾਲ ਸਪਰਸ਼ ਕਰੇ ਉਹਨਾਂ ਨੂੰ ਸੋਨਾ ਬਣਾ ਦਿੰਦੀ ਏ,
ਪਰ ਯਾਦ ਰੱਖਣਾ ਪਾਰਸ ਵਿੱਚ ਇੰਨੀ ਤਾਕਤ ਨਹੀਂ ਉਹ ਮਨੂਰ ਨੂੰ ਸੋਨਾ ਬਣਾ ਸਕੇ ਸੜੇ ਲੋਹੇ ਨੂੰ ਪਾਰਸ ਸੋਨਾ ਕਦੀ ਨਹੀਂ ਬਣਾ ਸਕਦਾ ਤੇ ਨਾਲੇ ਪਾਰਸ ਵਿੱਚ ਇੰਨੀ ਸਮਰੱਥਾ ਨਹੀਂ ਕਿ ਉਹ ਲੋਹੇ ਨੂੰ ਆਪਣੇ ਵਰਗਾ ਪਾਰਸ ਬਣਾ ਕੇ ਕਹਿ ਲੈ ਵੀ ਸਜਣਾ ਜਿਹੜੇ ਗੁਣ ਮੇਰੇ ਕੋਲ ਸਨ ਮੈਂ ਤੈਨੂੰ ਦੇ ਦਿੱਤੇ ਨੇ ਤੂੰ ਮੇਰੀ ਤਰ੍ਹਾਂ ਹੋਰਨਾਂ ਦੇ ਜੀਵਨ ਨੂੰ ਤਬਦੀਲ ਕਰਕੇ ਉਹਨਾਂ ਨੂੰ ਆਪਣੇ ਵਰਗਾ ਬਣਾ ਸਕਣ। ਪਾਰਸ ਤਬਦੀਲੀ ਲਿਆਉਂਦਾ ਪਰ ਆਪਣੇ ਵਰਗਾ ਨਹੀਂ ਬਣਾ ਸਕਦਾ। ਇਹੋ ਜਿਹੜੇ ਆਚਾਰਿਆ ਨੇ ਜਾਂ ਗੁਰੂ ਬਣਦੇ ਨੇ ਉਹ ਚੇਲੇ ਨੂੰ ਕੁਝ ਕੁ ਤਾਂ ਪਲਟਦੇ ਨੇ ਪਰ ਇੰਨੀ ਸਮਰੱਥਾ ਨਹੀਂ ਕਿ ਚੇਲੇ ਨੂੰ ਆਪਣੀ ਪਦਵੀ ਦੇ ਕੇ ਆਪਣੀ ਜੋਤ ਟਿਕਾ ਕੇ ਆਪਣੇ ਚੇਲੇ ਵਿੱਚ ਆਪਣੇ ਜਿੰਨੀ ਸਮਰੱਥਾ ਪੈਦਾ ਕਰ ਸਕਣ। ਇੰਨਾ ਕੁਝ ਉਹਨਾਂ ਦੇ ਹਿੱਸੇ ਨਹੀਂ ਆਇਆ। ਸਾਹਿਬ ਨੇ ਕਿਹਾ ਚੌਥਾ ਦੀਪਕ ਗੁਰੂ ਅਸੀਂ ਬਾਲਨੇ ਆ ਦੀਵਾ ਤੇ ਚੇਤੇ ਰੱਖਣਾ ਭਾਵੇਂ ਕਰੋੜਾਂ ਦੀ ਤਾਦਾਦ ਵਿੱਚ ਅਰਬਾਂ ਦੀ ਤਾਦਾਦ ਵਿੱਚ ਦੀਵੇ ਬੁੱਝੇ ਹੋਣ ਉਸ ਦੀਵੇ ਅੰਦਰ ਇੰਨੀ ਕੁ ਤਾਕਤ ਏ ਆਪ ਵੀ ਦੀਵਾ ਬਾ ਦਸਤੂਰ ਬਲਦਾ ਤੇ ਜਿਹੜੇ ਬੁੱਝੇ ਉਹਦੇ ਨੇੜੇ ਆਉਂਦੇ ਨੇ ਉਹਨਾਂ ਨੂੰ ਵੀ ਬਾਲ ਦਿੰਦਾ ਤੇ ਕੇਵਲ ਬਾਲਦਾ ਨਹੀਂ ਇਥੋਂ ਤੱਕ ਕਿਰਪਾ ਕਰ ਦਿੰਦਾ ਕਿ ਜਿਵੇਂ ਮੈਂ ਤੁਹਾਡੇ ਅੰਦਰ ਕੋਈ ਜੀਵਨ ਦੀ ਜੋਤ ਬਾਲੀਏ ਇਸੇ ਤਰ੍ਹਾਂ ਤੁਸੀਂ ਜੂਦਿਆਂ ਦੇ ਜੀਵਨ ਵਿੱਚ ਵੀ ਜੋਤ ਦੀ ਜੋੜ ਬਾਲ ਸਕਦੇ ਹੋ ਜੀਵਨ ਦੀ ਜੋਤ ਬਾਲ ਸਕਦੇ ਹੋ। ਦੀਪਕ ਗੁਰੂ ਆਪਣੇ ਵਰਗੀ ਸਮਰੱਥਾ ਆਪਣੇ ਚੇਲੇ ਵਿੱਚ ਪੈਦਾ ਕਰ ਸਕਦਾ ਸ਼ਾਇਦ ਇਹੀ ਕਾਰਨ ਭਾਟਾਂ ਦੀ ਬਾਣੀ ਵਿੱਚ ਤੇ ਗੁਰੂ ਅਰਜਨ ਸਾਹਿਬ ਦੇ ਸਵਈਆਂ ਵਿੱਚ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਦੀਪਕ ਗੁਰੂ ਮੰਨਿਆ। ਹਜ਼ੂਰ ਦੀ ਬਾਣੀ ਵਿੱਚ ਬਚਨ ਆਉਂਦਾ ਜਦੋਂ ਅਸੀਂ ਪੜ੍ਹਨੇ ਆ ਪ੍ਰਭ ਦਾਤੋ ਦਾਤਾਰ ਪਰਿਓ ਜਾਚਕੀ ਕਿਸ਼ਰਨਾ ਮਿਲੈ ਦਾਨ ਸੰਤ ਰੇਨ ਜੇ ਲਗ ਭਵਜਲ ਤਰਨਾ। ਇਹ ਗੁਰੂ ਅਰਜਨ ਸਾਹਿਬ ਦਾ ਸਵਈਆ ਹੈ। ਹੇ ਮੇਰੇ ਵਾਹਿਗੁਰੂ ਤੂੰ ਦਾਤਾ ਮੈਂ ਤੇਰੇ ਦਰ ਤੇ ਇੱਕ ਭਿਖਾਰੀ ਆਇਆ ਮੰਗਤਾ ਆਇਆ ਪ੍ਰਭ ਦਾਤੋ ਦਾਤਾਰ ਪਰਿਓ ਜਾਚਕੀ ਸ਼ਰਨਾ ਤੇ ਕੀ ਮੰਗਣ ਆਇਆ ਮਿਲੈ ਦਾਨ ਸੰਤ ਰੇਨ ਤੇਰੇ ਗੁਰਮੁਖਾਂ ਦੇ ਚਰਨਾਂ ਦੀ ਧੂੜ ਮਿਲ ਜਾਏ ਜੇ ਲਗ ਭਵਜਲ ਤਰਨਾ। ਕਹਿਣ ਲੱਗੇ ਬਿੰਤ ਕਰੂ ਅਰਦਾਸ ਸੁਣੋ ਜੇ ਠਾਕੁਰ ਭਾਵੈ ਦਿਓ ਦਰਸ਼ ਮਨ ਚਾਓ ਭਗਤ ਇਹ ਮਨ ਠਹਿਰਾਵੈ ਮੇਰੇ ਹਿਰਦੇ ਵਿੱਚ ਤੇਰੀ ਭਗਤੀ ਵਸ ਜਾਏ ਕਿੱਥੋਂ ਮਿਲੇਗੀ ਇਹ ਦਾਤ। ਤੇ ਹਜ਼ੂਰ ਨੇ ਕਿਹਾ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਧਰੀ ਇੱਕ ਨਾਮ ਧਰਮ ਪ੍ਰਗਟ ਸਕਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਧੰਨ ਗੁਰੂ ਨਾਨਕ ਸਾਹਿਬ ਨੂੰ ਬਲਿਓ ਚਿਰਾਗ ਜਿਹੜੀ ਜੋਤ ਮੇਰੇ ਗੁਰੂ ਨਾਨਕ ਦੇ ਅੰਦਰ ਏ ਤੇ ਜੇ ਲੈਣਾ ਜੀ ਆਏ ਨੇ ਤੇ ਯਾਦ ਰੱਖਣਾ ਇਹ ਨਹੀਂ ਕਿ ਉਹ ਜੋਤ ਲੈਣੇ ਨੂੰ ਘੱਟ ਮਿਲੇਗੀ ਉਹੀ ਜੋਤ ਭਾਈ ਲੈਣੇ ਦੇ ਅੰਦਰ ਏ ਤੇ ਸੱਤੇ ਬਲਵੰਡ ਨੇ ਤਾਂ ਹੀ ਕਿਹਾ ਦੁਨੀਆਂ ਦੇ ਲੋਕੋ ਕਿਤੇ ਭੁਲੇਖੇ ਵਿੱਚ ਨਾ ਰਿਹਾ ਜੇ ਜੋਤ ਉਹ ਆ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਏ। ਤਾਂ ਹੀ ਭੱਟਾਂ ਨੇ ਕਿਹਾ ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਪ੍ਰੇਮ ਭਗਤ ਲਿਵ ਲਾਈ ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ ਸ਼ਰਵ ਸ਼ਬਦ ਸੁਰਤ ਕਿੰਨੀ ਵਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਇੱਕ ਜੀ ਕਿਛ ਕਹੀ ਨਾ ਜਾਈ ਸੋਢੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ। ਇਹਦਾ ਮਤਲਬ ਉਹ ਜੋਤ ਦੀਪਕ ਗੁਰੂ ਏ ਮੇਰਾ ਗੁਰੂ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤੇ ਨੇ ਕਹਿਣ ਲੱਗੇ ਗੁਰਦਾਤਾ ਗੁਰੂ ਕਦੀ ਮੰਗਤਾ ਨਹੀਂ ਜੇ ਹੁੰਦਾ ਧਿਆਨ ਰੱਖਣਾ ਤੇ ਅਸੀਂ ਸ਼ਬਦ ਕਈ ਵਾਰੀ ਕਹਿ ਦਿੰਦੇ ਹਾਂ ਮੈਂ ਅਰਜ਼ ਕਰਨਾ ਹੁੰਦਾ ਕਿ ਗੁਰੂ ਘਰ ਨੂੰ ਦਾਨ ਦਿਓ ਇਹ ਸ਼ਬਦ ਨਹੀਂ ਕਹਿਣਾ ਚਾਹੀਦਾ। ਦਾਨ ਹਮੇਸ਼ਾ ਆਪਣੇ ਤੋਂ ਆਪਾਂ ਜਿਹੜਾ ਹਾਲਤ ਪਤਲੀ ਵਾਲਾ ਉਹਨੂੰ ਦਿੰਦੇ ਹਾਂ ਹੱਦ ਹੋ ਗਈ। ਜਿਹੜਾ ਦੀਨ ਦੁਨੀ ਦਾ ਦਾਤਾ ਹੈ ਉਹਨੂੰ ਕੌਣ ਏ ਦਾਨ ਦੇਣ ਵਾਲਾ। ਸਾਡੀ ਗੁਰਮਤੀ ਸ਼ਬਦਾਵਲੀ ਏ ਜੋ ਗੁਰੂ ਨੇ ਬਖਸ਼ਿਆ ਉਹਦੀ ਬਖਸ਼ਿਸ਼ ਵਿੱਚੋਂ ਕੁਝ ਗੁਰੂ ਦੇ ਚਰਨਾਂ ਵਿੱਚ ਭੇਟਾ ਕਰ ਦਿਓ ਦਾਨ ਨਹੀਂ। ਸਾਹਿਬ ਕਹਿਣ ਲੱਗੇ ਗੁਰਦਾਤਾ ਗੁਰੂ ਇੱਕ ਦਾਤਾ ਹੈ ਇਹਦੇ ਦਰ ਤੇ ਭਿਖਾਰੀ ਆਉਂਦੇ ਨੇ। ਗੁਰ ਹਿਵੈ ਘਰ ਮੇਰਾ ਗੁਰੂ ਠੰਡ ਦਾ ਘਰ ਏ ਤੇ ਇੰਨਾ ਠੰਡ ਦਾ ਘਰ ਏ ਜੇ ਕੋਈ ਭਾਂਬੜ ਬਾਲ ਕੇ ਵੀ ਇਹਨੂੰ ਉੱਤੇ ਬਿਠਾ ਦੇਵੇ ਤੇ ਅੰਦਰ ਦੀ ਠੰਡ ਉਹ ਅੱਗ ਵੀ ਨਹੀਂ ਜੇ ਖੋ ਸਕਦੀ। ਮੈਂ ਅਰਜ਼ ਕਰ ਰਿਹਾ ਗੁਰ ਪ੍ਰਸਾਦ ਤੇ ਆਉਣਾ ਗੁਰੂ ਕੌਣ ਏ ਗੁਰਦਾਤਾ ਗੁਰ ਹਿਵੈ ਘਰ ਗੁਰ ਦੀਪਕ ਤਿਉ ਲੋਏ ਗੁਰੂ ਇੱਕ ਦੀਪਕ ਏ ਤੇ ਉਸ ਦੀਵੇ ਦਾ ਚਾਨਣ ਇੱਕ ਦੋ ਘਰ ਵਿੱਚ ਨਹੀਂ। ਮੇਰੇ ਸਤਿਗੁਰੂ ਕਹਿੰਦੇ ਨੇ ਉਸ ਗੁਰੂ ਦਾ ਚਾਨਣ ਤਿੰਨਾਂ ਲੋਕਾਂ ਵਿੱਚ ਪੈਂਦਾ ਪਿਆ। ਅੰਮ੍ਰਿਤ ਪਦਾਰਥ ਨਾਨਕਾ ਮਨ ਮੰਨੇ ਸੁਖ ਹੋਏ। ਸੁਖ ਉਹਨੂੰ ਮਿਲੇਗਾ ਜਿਹੜਾ ਗੁਰੂ ਕੇ ਚਰਨਾਂ ਵਿੱਚ ਜੁੜਦਾ। ਆਪਾਂ ਭਾਈ ਗੁਰਦਾਸ ਗੁਰਮਤ ਦੇ ਮਹਾਨ ਵਿਦਵਾਨ ਨੇ ਉਹਨਾਂ ਤੋਂ ਪੁੱਛੀਏ ਨਾ ਗੁਰੂ ਦੀ ਪਰਿਭਾਸ਼ਾ ਕੀ ਏ ਤੇ ਮੈਂ ਜਿਹੜੀ ਅਰਜ਼ ਕਰ ਰਿਹਾ ਇੱਥੇ ਗੁਰੂ ਸ਼ਬਦ ਗੁਰੂ ਨਾਨਕ ਜੀ ਲਈ ਉਹਨਾਂ ਤੋਂ ਬਾਅਦ ਉਹ ਜਿਹੜੇ ਗੁਰੂ ਸਾਹਿਬਾਨ 10 ਪਾਤਸ਼ਾਹੀਆਂ ਤੱਕ
ਤੇ ਉਸ ਤੋਂ ਬਾਅਦ ਜਿਹੜਾ ਮੈਂ ਗੁਰੂ ਸ਼ਬਦ ਬੋਲਾਂ ਤੇ ਧਿਆਨ ਇੰਨਾ ਕੁ ਰੱਖਿਓ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿੱਚ ਜਿਨ੍ਹਾਂ ਦੇ ਰੋਮ ਰੋਮ ਵਿੱਚ ਗੁਰੂ ਕੀ ਬਾਣੀ ਰਚੀ ਉਹ ਪੰਜ ਸਿੰਘ ਸਾਹਿਬਾਂ। ਅਸੀਂ ਕਈ ਵਾਰੀ ਗੁਰੂ ਦੀ ਪਰਿਭਾਸ਼ਾ ਹੋਰ ਪਾਸੇ ਲੈ ਜਾਂਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਭਾਈ ਗੁਰਦਾਸ ਵਿੱਚੋਂ ਤੇ ਭਾਈ ਨੰਦ ਲਾਲ ਵਿੱਚੋਂ ਆਪਾਂ ਕੋਸ਼ਿਸ਼ ਕਰਨੀ ਹੈ ਇਹੀ ਲੱਭਣ ਦੀ ਕਿ ਮੇਰਾ ਗੁਰੂ ਕੌਣ ਹੈ ਤੇ ਮੈਂ ਕਿਰਪਾ ਕਿਹਦੀ ਲੈਣੀ ਹੈ। ਸਤਿਗੁਰੂ ਨੇ ਬੜੇ ਪਿਆਰੇ ਬਚਨ ਕੀਤੇ, ਭਾਈ ਗੁਰਦਾਸ ਨੂੰ ਪੁੱਛਿਆ ਕਿ ਗੁਰੂ ਦੀ ਪਰਿਭਾਸ਼ਾ ਕੀ ਹੈ ਤੇ ਭਾਈ ਗੁਰਦਾਸ ਨੇ ਪਹਿਲਾ ਬਚਨ ਕੀਤਾ, ਕਹਿਣ ਲੱਗੇ ਸੱਜਣਾ ਮੈਂ ਗੁਰੂ ਅਮਰਦਾਸ ਦੇ ਵੇਲੇ ਸਿੱਖ ਬਣਿਆ ਹਾਂ, ਮੈਂ ਗੁਰੂ ਰਾਮਦਾਸ ਜੀ ਦੇ ਵੇਲੇ ਸਿੱਖੀ ਕਮਾਈ ਏ ਤੇ ਗੁਰੂ ਅਰਜਨ ਸਾਹਿਬ ਦੇ ਵੇਲੇ ਵੀ ਮੈਂ ਸਿੱਖੀ ਕਮਾਈ ਏ, ਅੱਜ ਗੁਰੂ ਹਰਗੋਬਿੰਦ ਸਾਹਿਬ ਦਾ ਸਮਾਂ ਆ ਗਿਆ, ਹੁਣ ਵੀ ਮੈਂ ਸਿੱਖੀ ਕਮਾਨਾ ਪਿਆ। ਤੇ ਪੁੱਛਿਆ ਭਾਈ ਸਾਹਿਬ ਤੇਰਾ ਤਾਂ ਤਜਰਬਾ ਬੜਾ ਨਾ, ਗੁਰੂ ਨਾਨਕ ਦੇ ਘਰ ਵਿਚ ਰਹਿਣ ਵਾਲਿਆ ਤਿੰਨ ਚਾਰ ਪਾਤਸ਼ਾਹੀਆਂ ਦੀ ਕਿਰਪਾ ਪਿਆ ਲੈਣਾ ਤੇ ਦੱਸ ਖਾਂ ਗੁਰੂ ਦੀ ਪਰਿਭਾਸ਼ਾ ਕੀ ਏ। ਤੇ ਭਾਈ ਸਾਹਿਬ ਨੇ ਗੁਰੂ ਕੀ ਉਪਮਾ ਸ਼ੁਰੂ ਕੀਤੀ, ਕਹਿਣ ਲੱਗੇ ਸਤਿਗੁਰ ਗੁਣੀ ਨਿਧਾਨ ਹੈ, ਮੇਰੇ ਗੁਰੂ ਦਾ ਪਹਿਲਾ ਲੱਛਣ ਹੀ ਇਹ ਗੁਰੂ ਨਾਨਕ ਦਾ ਉਹ ਗੁਣਾਂ ਦਾ ਖਜ਼ਾਨਾ ਹੀ ਤੇ ਉਹਦੇ ਨਾਲ ਇੱਕ ਹੋਰ ਵੱਡਾ ਵੱਡਾ ਗੁਣ ਕਿਹਾ। ਕਹਿਣ ਲੱਗੇ ਦੁਨੀਆ ਦੇ ਕਿਸੇ ਦੁਕਾਨਦਾਰ ਦੀ ਦੁਕਾਨ ਤੇ ਜਾਓ ਤੇ ਖੋਟਾ ਸਿੱਕਾ ਲੈ ਜਾਓ, ਨਕਲੀ ਰੁਪਈਆ ਕੋਈ ਲੈ ਜਾਓ ਤੇ ਉਹਦੇ ਕਾਊਂਟਰ ਤੇ ਰੱਖ ਕੇ ਕਹੀਏ ਲੈ ਸੱਜਣਾ ਆ ਖੋਟਾ ਸਿੱਕਾ ਲੈ, ਮੈਨੂੰ ਇਹਦੇ ਬਦਲੇ ਇਹ ਵਸਤੂ ਦੇ ਦੇ। ਕਦੀ ਦੁਕਾਨਾਂ ਤੇ ਖੋਟੇ ਰੁਪਈਏ ਚੱਲਦੇ ਦੇਖੇ ਨੇ, ਕਦੀ ਖੋਟੇ ਸਿੱਕੇ ਜਾਂਦੇ ਉੱਥੇ ਲੱਗਦੇ ਹੋਏ ਤੱਕੇ ਨੇ, ਉਸੇ ਵਕਤ ਦੁਕਾਨਦਾਰ ਧੱਕੇ ਮਾਰ ਕੇ ਬਾਹਰ ਕੱਢੇਗਾ ਕਿ ਤੂੰ ਮੈਨੂੰ ਮੂਰਖ ਬਣਾਉਂਦਾ, ਮੇਰੀ ਦੁਕਾਨ ਵਿੱਚ ਕੇਵਲ ਖਰਿਆਂ ਨੂੰ ਥਾਂ ਏ ਖੋਟਿਆਂ ਨੂੰ ਨਹੀਂ। ਪੁੱਛਿਆ ਭਾਈ ਗੁਰਦਾਸ ਤੁਸੀਂ ਕਹਿੰਦੇ ਹੋ ਮੇਰਾ ਗੁਰੂ ਗੁਣਾਂ ਦਾ ਖਜ਼ਾਨਾ, ਕਿਹੜਾ ਗੁਣ ਏ ਵੱਡਾ? ਉਹਨੇ ਪਹਿਲੀ ਗੱਲ ਕਹੀ, ਕਹਿਣ ਲੱਗਾ ਸੱਜਣਾ ਦੁਨੀਆਂ ਦੀਆਂ ਦੁਕਾਨਾਂ ਵਿੱਚ ਖੋਟੇ ਠੁਕਰਾਏ ਜਾਂਦੇ ਨੇ, ਨਿਕੰਮਿਆਂ ਨੂੰ ਘਰੋਂ ਕੱਢਿਆ ਜਾਂਦਾ, ਸਮਾਜ ਵਿੱਚੋਂ ਧੱਕਿਆ ਜਾਂਦਾ, ਬਰਾਬਰੀ ਵਿੱਚੋਂ ਕੱਢਿਆ ਜਾਂਦਾ, ਮੇਰੇ ਗੁਰੂ ਨਾਨਕ ਦੀ ਇਹੋ ਜੀ ਦੁਕਾਨ ਹੀ, ਇੱਥੇ ਖੋਟੇ ਵੀ ਪ੍ਰਵਾਨ ਕੀਤੇ ਜਾਂਦੇ ਨੇ ਤੇ ਗੁਰੂ ਖੋਟਿਆਂ ਨੂੰ ਖਰੇ ਬਣਾ ਬਣਾ ਕੇ ਦੁਨੀਆਂ ਵਿੱਚ ਪੇਸ਼ ਕਰਦਾ। ਸਭ ਤੋਂ ਵੱਡਾ ਗੁਣ ਇਹ ਕਿ ਲੋਕੀ ਔਗਣ ਲੈ ਕੇ ਆਉਂਦੇ ਨੇ ਤੇ ਸਤਿਗੁਰੂ ਉਹਨਾਂ ਦੇ ਔਗਣ ਰੱਖ ਕੇ ਉਹਦੇ ਬਦਲੇ ਗੁਣ ਦੇ ਦਿੰਦਾ। ਗੁਰੂ ਦੀ ਪਰਿਭਾਸ਼ਾ ਹੈ ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗਣ ਯਾਰੇ, ਮੇਰਾ ਗੁਰੂ ਗੁਣਾਂ ਦੀ ਕਿਰਪਾ ਕਰ ਕਰਕੇ ਔਗਣਾਂ ਵਾਲਿਆਂ ਨੂੰ ਬਖਸ਼ ਦਿੰਦਾ। ਤੇ ਭਾਈ ਸਾਹਿਬ ਦੀ ਇੱਕ ਵਾਰ ਵਿੱਚ ਹੋਰ ਪੰਕਤੀ ਆਉਂਦੀ ਏ, ਸੌਦਾ ਇੱਕ ਤਹੱਟ ਹੈ, ਕਹਿੰਦੇ ਨੇ ਸਿੱਖਾਂ ਇਸੇ ਹੱਥੀ ਤੋਂ ਸੌਦਾ ਮਿਲਣੀ, ਇਸੇ ਸੰਗਤ ਵਿੱਚੋਂ ਹੀ ਕਿਰਪਾ ਹੋਣੀ ਆ, ਇਹਨੂੰ ਛੱਡ ਕੇ ਕਿਤੇ ਭਟਕੀ ਨਾ, ਮੇਰੀ ਗੱਲ ਸੱਚ ਮੰਨ ਲੈ। ਸੌਦਾ ਇੱਕ ਤਹੱਟ ਹੈ ਸ਼ਾਹ ਸਤਿਗੁਰ ਪੂਰਾ ਅਵਗਣ ਲੈ ਗੁਣ ਵਿਕਣੇ, ਉਹ ਔਗਣਾਂ ਦੇ ਬਦਲੇ ਗੁਣ ਵੇਚਦਾ ਪਈ, ਬਚਨਾ ਦਾ ਸੂਰਾ ਉਹ ਬਚਨ ਦਾ ਸੂਰਾ ਹੀ, ਜੇ ਤੇਰੀ ਬਾਂਹ ਪਕੜ ਲਈ ਤੇ ਪਿਆਰਿਆ ਫਿਰ ਤੈਨੂੰ ਕਦੀ ਡੁੱਬਣ ਨਹੀਂ ਦੇ, ਬਚਨ ਦਾ ਸੂਰਾ। ਮੈਂ ਕਈ ਵਾਰੀ ਅਰਜ਼ ਕਰਨਾ ਅਸੀਂ ਭੁੱਲ ਜਾਂਦੇ ਹਾਂ, ਪਰ ਮੇਰੇ ਸਤਿਗੁਰੂ ਤੂੰ ਕਦੀ ਨਹੀਂ ਭੁੱਲਦਾ। ਭਾਈ ਮੂਲਾ ਪਹਿਲੇ ਜਨਮ ਵਿੱਚ ਮਿਲਦਾ, ਮੈਂ ਕਈ ਵਾਰੀ ਅਰਜ਼ ਕਰਨਾ ਹੁੰਦਾ, ਭਾਈ ਮੂਲਾ ਹੀ ਦਰਵਾਜ਼ਾ ਬੰਦ ਕਰਦਾ ਹੈ ਨਾ, ਗੁਰੂ ਨਾਨਕ ਤਾਂ ਉਹਦੇ ਸਮੇਂ ਨੂੰ ਟਾਲਣ ਜਾਂਦੇ ਨੇ ਕਿਉਂਕਿ ਉਹਦੇ ਮੌਤ ਦਾ ਸਮਾਂ ਆਉਂਦਾ ਹੈ। ਮੇਰਾ ਬਾਬਾ ਸੋਚਦਾ ਮੈਂ ਇਹਦੇ ਦਰਵਾਜ਼ੇ ਤੇ ਦਸਤਕ ਦਿਆਂ, ਸ਼ਾਇਦ ਵਕਤ ਟਲ ਜਾਏ। ਗੁਰੂ ਤਾਂ ਦਰਵਾਜ਼ੇ ਤੇ ਖਲੋਂਦਾ ਹੈ ਤੇ ਜਿੱਦਣ ਦਰਵਾਜ਼ਾ ਬੰਦ ਕਰਦਾ, ਅਸੀਂ ਲੋਕ ਹੀ ਦਰਵਾਜ਼ਾ ਬੰਦ ਕਰਨੇ ਆ, ਗੁਰੂ ਨੇ ਕਦੀ ਵੀ ਆਪਣੇ ਪੈਰ ਪਿੱਛੇ ਨਹੀਂ ਜੇ ਕੀਤੇ, ਦਰਵਾਜ਼ੇ ਅੱਗੇ ਖਲੋਤੇ ਨੇ, ਆਵਾਜ਼ ਦਿੰਦੇ ਨੇ ਮੂਲਾ ਧਾਰੇ। ਪਰ ਕੀ ਪਤਾ ਇਹਨਾਂ ਲੋਕਾਂ ਨੂੰ, ਦੁਨੀਆਂ ਵੀ ਜੀਣ ਵਾਲਿਆਂ ਨੂੰ, ਕਿ ਗੁਰੂ ਦੀ ਇੱਕ ਆਵਾਜ਼ ਏ, ਪਰ ਕਿਹਾ ਨਹੀਂ ਘਰ ਨਹੀਂ। ਪਰ ਜਦੋਂ ਮੌਤ ਹੋ ਗਈ ਤੇ ਉਹੀ ਗੁਰੂ ਨਾਨਕ ਦੀ ਜੋਤ ਜਦੋਂ ਅਬਚਲ ਨਗਰ ਜਾਂਦੀ ਏ ਤੇ ਦੇਖਦੀ ਏ ਖਰਗੋਸ਼ ਤੁਰਿਆ ਫਿਰਦਾ। ਇਹ ਗੱਲਾਂ ਸਿਰਫ ਸ਼ਰਧਾ ਵਾਲੇ ਨੇਤਰਾਂ ਦੀਆਂ ਨੇ, ਸ਼ਰਧਾ ਵਾਲੇ ਕਿਰਦਾ ਦੀਆਂ, ਤਰਕ ਦੀਆਂ ਨਹੀਂ। ਕਹਿਣ ਲੱਗੇ ਤੱਕਦੇ ਨੇ ਖਰਗੋਸ਼ ਨੂੰ, ਪਿੱਛੇ ਦੌੜਦੇ ਨੇ, ਸਤਿਗੁਰੂ ਦਾ ਉਦਨ ਜਾਮਾ ਵੀ ਲੀਰੋ ਲੀਰ ਹੋ ਜਾਂਦਾ। ਤੇ ਭਾਈ ਦਇਆ ਸਿੰਘ ਪੁੱਛਦਾ ਸਤਿਗੁਰੂ ਕੀ ਕਰਨਾ ਇਸ ਖਰਗੋਸ਼ ਨੂੰ? ਕਹਿਣ ਲੱਗੇ ਸੱਜਣਾ ਕਦੀ ਬਚਨ ਦਿੱਤਾ ਸੀ ਮੂਲਿਆ ਤੂੰ ਸਾਡਾ, ਇਸ ਕਰਕੇ ਮੈਂ ਨਹੀਂ ਚਾਹੁੰਦਾ ਜਿਹਦੀ ਮੈਂ ਇੱਕ ਵਾਰੀ ਬਾਂਹ ਪਕੜੀ ਉਹ ਪਰਤ ਕੇ ਪਟਕਦਾ। ਭਾਈ ਗੁਰਦਾਸ ਕਹਿੰਦੇ ਨੇ ਮੇਰਾ ਗੁਰੂ ਬਚਨ ਦਾ ਸੂਰਾ ਹੀ। ਕਹਿਣ ਲੱਗੇ ਅਵਗਣ ਲੈ ਗੁਣ ਵਿਕਣਾ, ਬਚਨੇ ਦਾ ਸੂਰਾ। ਮੈਂ ਅਰਜ਼ ਕਰ ਰਿਹਾ ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗਣ ਹਾਰੇ। ਤੇ ਅਗਲਾ ਮੇਰੇ ਗੁਰੂ ਦਾ ਗੁਣ ਕੀ ਹੈ? ਸਤਿਗੁਰ ਪੂਰਾ ਵੈਦ ਹੈ, ਸਤਿਗੁਰੂ ਇੱਕ ਹਕੀਮ ਨੇ। ਤੇ ਕੀ ਕਰਦੇ ਨੇ? ਪੰਜੇ ਰੋਗ
असाध निवारे जेड़े काम क्रोध लो मोह अहंकार किते उन्हीं काबू नहीं आंदे जिदन गुरु नानक दे शब्द नाल जुड़े उन्हां ने मोड़ा पा के इन्हां नूं भी रोक दिता। ते जदो गुरु नानक जी दे शब्द ने कीती किरपा ते फिर जिज्ञासु गुरु दे चरणा विच हाथ जोड़ के कह लगा ऐसो गुण मेरो प्रभ जी कीन पंच दोख अर अंग रोग ए तंते सगल दूर कीन सतगुरु पूरा वैद है पंजे रोग असाध निवारे। अगला वचन कीता सुख सागर गुर देओ है मेरा गुरु सुखा दा समुंदर है। कहन लगे सुख दे मेल लै दुखियारे जेड़े दिन रात दुख विच जिंदे पैने मेरा गुरु उन्हां दे दुख अपने उत्ते चल लैंदा है ते अपने सुख उन्हां दी झोली विच पा दिंदा है। कदी तको रोंदे पैने अखां विचों नीर दी झड़ी लगदी है। मैं इस करके थोड़ा जा अजे इतिहास दीआं ट्यूकां देणीआं चाहना मेरे गुरु नूं समझो ते सही सिख क्यों भटके किसे होर पासे। गुरु दुखां नूं लै के सुख देंदा है अथरू नहीं रुकदे पै तिलक ते जन्यू कमदा पिया है ते सुखां दा दाता गुरु कहिंदा सजणो तुसी अपने बच्चियां विच जाओ पर अपने बच्चे नूं कहिंदा चंगा पुत्रा मैं तिलक ते जन्यू दी राखी वास्ते दिल्ली नूं जाना पिया। कोई मिलेगा गुरु इहो जिहा सुख सागर गुरदेव है जेड़े अज दावे करदे ने देह धारी गुरु बन के बाबे नानक दी गल तां पहली सी मैं खिन विचों निकलन लगा वा ते गल करनी जरूरी पास दी क्योंकि अज दा विशा बड़ा साडा गंभीर है। कई समस्यावां लोकां ने खड़ियां कीतियां ने कहिंदे ने उस वक्त सी गुरु नानक हुण तां देह दी लोड़ है। मैं कहना मन लिया जाए एक खिन ली पर अंदरों नहीं मनना मन लिया जाए समर्थ गुरु ने। कहन लगे उस वक्त गुरु नानक सी अज देह तारी दी लोड़े याद रखना बाबर पाप दी जंज उदन भी लैके आया सी ते अज भी बाबर जंज पाप दी लैके आया ते कोई गुरु छाती ते हाथ ठोक के कहिंदा बाबर तू जावर कमाल दी गल। जे मन लिया जाए ए देह तारी गुरु कहन अज गुरु दी लोड़े कोई गुरु दावे नाल कहिंदा मानस खाने करे निवाज छुरी वगायन तिन कल ताज तिन घर ब्राह्मण पूरा नाद ओना पियावे। कोई साध कोई गुरु दावे नाल कहिंदा कूड़ फिरे प्रधान वे ला लो ते की आपां हिंदुस्तान दी धरती ते कूड़ प्रधान नहीं तकदे। केवल रीस कर लेनी किसे दी खातर सिर नहीं किसे ने कटाया दे तारी जेड़े बने ने किसे दी खातर सजनो तत्ती तवी ते कोई अपने इसलिए नहीं बैठा रीस जरूर करदे ने। भाई गुरदास ने कमाल कर दिती भाई साहब नूं पढ़ो जे गुरु भगती सिखनी है ते भाई गुरदास नूं पढ़िया जे। ਉਹਨਾਂ ਨੇ ਇੱਕ ਦੇਹਧਾਰੀ ਦੀ ਗੱਲ ਕੀਤੀ ਮੈਂ ਇੱਕ ਖਿਨ ਵਿੱਚੋਂ ਨਿਕਲਣ ਲੱਗਾ ਜ਼ਰੂਰ ਮੈਨੂੰ ਖਿਮਾ ਕਰਿਆ ਜੇ। ਕਹਿਣ ਲੱਗੇ ਨਲਾਰੀ ਦਾ ਮੱਟ ਭਰਿਆ ਪਿਆ ਸੀ ਨੀਲੇ ਰੰਗ ਨਾਲ। ਇੰਨੀ ਦੇਰ ਨੂੰ ਗਿੱਦੜ ਕਿਤੇ ਆ ਗਿਆ ਲੋਕਾਂ ਦੀ ਆਵਾਜ਼ ਸੁਣੀ ਡਰਦਾ ਮਾਰਿਆ ਉਹਨੇ ਵਿੱਚ ਮੱਟ ਤੇ ਡਿੱਗ ਪਿਆ ਜੀ ਤੇ ਜਦੋਂ ਡਿੱਗਿਆ ਤੇ ਰੰਗ ਚੜ ਗਿਆ ਉਹਦੇ ਸਰੀਰ ਤੇ ਪਾਣੀ ਵੀ ਜਾ ਕੇ ਝਾਤੀ ਮਾਰੀ ਤੇ ਉਹਦੇ ਚਮੜੀ ਦਾ ਰੰਗ ਨੀਲਾ ਹੋ ਗਿਆ ਤੇ ਮਨ ਵਿੱਚ ਭੁਲੇਖਾ ਬਣ ਗਿਆ ਮੈਂ ਤਾਂ ਨੀਲਮ ਸ਼ੇਰ ਬਣ ਗਿਆ ਵਾਂ। ਜੰਗਲ ਵਿੱਚ ਜਾ ਪਹੁੰਚਿਆ ਕਹਿਣ ਲੱਗਾ ਮੈਂ ਨੀਲਮ ਸ਼ੇਰ ਹਾਂ ਅੱਜ ਤੋਂ ਬਾਅਦ ਮੇਰੀ ਅਧੀਨਗੀ ਕਬੂਲ ਕਰੋ ਤੇ ਭਾਈ ਸਾਹਿਬ ਕਹਿੰਦੇ ਨੇ ਜਿਹੜੇ ਮਿਰਗ ਸਨ ਹੁਣ ਮਿਰਗ ਡਰਪੋਕ ਹੈ ਨਾ ਸਤਿਗੁਰੂ ਨੇ ਮਿਰਗ ਦੀ ਉਦਾਹਰਨ ਬਾਣੀ ਵਿੱਚ ਹਮੇਸ਼ਾ ਕਾਇਰਾਂ ਦੇ ਰੂਪ ਵਿੱਚ ਲਈ ਹੈ। ਮਿਰਗ ਵਰਗਾ ਧੋਖੇਬਾਜ ਕਿਹੜਾ ਹੈ ਸਤਿਗੁਰੂ ਨੇ ਬਾਣੀ ਵਿੱਚ ਸਿਆਮ ਤੌਰ ਤੇ ਕਹਿੰਦੇ ਆ ਕਿ ਫਲਾਣੇ ਬੰਦੇ ਦੇ ਅੱਖਾਂ ਮਿਰਗ ਵਰਗੀਆਂ ਨੇ ਤੇ ਜਿੰਨੀਆਂ ਮਿਰਗ ਦੀਆਂ ਅੱਖਾਂ ਧੋਖੇਬਾਜ ਨੇ ਇੰਨੀਆਂ ਕਿਸੇ ਦੀਆਂ ਨੇ। ਹਜ਼ੂਰ ਨੇ ਬਾਣੀ ਵਿੱਚ ਕਿਹਾ ਸੁਣ ਮੁੰਡੇ ਹਰਨਾਖੀਏ ਇਹ ਹਰਨ ਦੀਆਂ ਅੱਖਾਂ ਵਾਲੀ ਜੀਵ ਇਸਤਰੀ ਗੂੜਾ ਵੈਨ ਅਪਾਰ ਪਹਿਲਾਂ ਵਸਤ ਸੁਝਾਣ ਕਹਿ ਤਾਂ ਕੀਚੈ ਵਪਾਰ ਅੱਖਾਂ ਦਾ ਮਾਣ ਨਾ ਕਰੀ ਕਿਉਂਕਿ ਹਰਨ ਦੀਆਂ ਅੱਖਾਂ ਤਾਂ ਤਪਦੀ ਹੋਈ ਰੇਤ ਨੂੰ ਵੀ ਪਾਣੀ ਸਮਝ ਜਾਂਦੀਆਂ। ਉਹਦੇ ਵਰਗਾ ਧੋਖੇਬਾਜ ਕੌਣ ਹੈ। ਕਹਿਣ ਲੱਗੇ ਹਰਨਾਂ ਦੀਆਂ ਡਾਰਾਂ ਖਲੋ ਗਈਆਂ ਤੂੰ ਨੀਲਮ ਸ਼ੇਰ ਹੈ। ਕਿਸੇ ਨੇ ਜਾ ਕੇ ਸ਼ੇਰਨੀ ਨੂੰ ਦੱਸਿਆ ਕਿ ਨੀਲਮ ਸ਼ੇਰ ਪ੍ਰਗਟ ਹੋਇਆ ਤੇ ਭਾਈ ਗੁਰਦਾਸ ਕਹਿੰਦੇ ਨੇ ਚਾਰ ਕੇ ਦਿਨ ਤੇ ਚਲਾਈਆਂ ਚੰਮ ਦੀਆਂ ਬਈ ਮੈਂ ਬਾਦਸ਼ਾਹ ਵਾਂ। ਤੇ ਇੱਕ ਦਿਨ ਫਿਰ ਇਹਦੇ ਭਰਾ ਗਿੱਦੜ ਹੋਰ ਬੋਲੇ ਜਦੋਂ ਉਹਨਾਂ ਨੇ ਕੂਕ ਮਾਰੀ ਤੇ ਅੱਗੋਂ ਇਹਨੇ ਵੀ ਜਵਾਬ ਦਿੱਤਾ ਤੇ ਕੋਲ ਬੈਠੀ ਸੀ ਸ਼ੇਰ ਨੀ ਉਹਨੇ ਪੰਜੇ ਨਾਲ ਚੀਰ ਕੇ ਇੱਕ ਪਾਸੇ ਸੱਟਿਆ। ਕਹਿਣ ਲੱਗੀ ਇਹ ਰੰਗ ਕਰਕੇ ਨੀਲਮ ਬਣਿਆ ਅਸਲ ਵਿੱਚ ਹੈ ਇਹ ਗਿੱਦੜ। ਭਾਈ ਸਾਹਿਬ ਕਹਿੰਦੇ ਨੇ ਬਾਬੇ ਨਾਨਕ ਦੀ ਬਰਾਬਰੀ ਕਰਨ ਵਾਲਿਓ ਨਲਾਰੀ ਦੇ ਮੱਤ ਵਿੱਚ ਪੈ ਗਿੱਦੜ ਰਿੱਤਾ ਜੰਗਲ ਅੰਦਰ ਜਾ ਕੇ ਪਾਪ ਕਮੱਤਾ ਦਰ ਸੇਵੈ ਮਿਰਗਾਵਲੀ ਹੋਏ ਬਹਿ ਅਵਤਾ। ਕਹਿਣ ਲੱਗੇ ਬੋਲਣ ਪਾਜ ਉਘਾੜਿਆ ਜਿਉ ਮੂਲੀ ਬੱਤਾ ਜਦੋਂ ਬੋਲਿਆ ਉਦੋਂ ਪਾਜ ਉਗੜ ਗਿਆ। ਭਾਈ ਸਾਹਿਬ ਕਹਿੰਦੇ ਨੇ ਸੁਖ ਸਾਗਰ ਗੁਰਦੇਵ ਹੈ ਸੁਖ ਦੇ ਮੈਲ ਲੈ ਦੁਖਿਆਰੇ ਤੇ ਅੱਗਾ ਬਚਨ ਕੀਤਾ ਕਹਿਣ ਲੱਗੇ
ਸਤਿਗੁਰ ਪੂਰਾ ਨਿਰਭਉ ਹੈ, ਜਨਮ ਮਰਨ ਜਮ ਡਰੈ ਉਤਾਰੈ। ਗੁਰੂ ਨਿਰਭਉ ਵੇ ਜਿਹੜਾ ਜਨਮ ਤੇ ਮਰਨ ਦਾ ਦੁੱਖ ਮਿਟਾ ਦਿੰਦਾ। ਸਤਿਗੁਰ ਪੂਰਾ ਨਿਰਵੈਰ ਹੈ ਤੇ ਕਿੰਨਾ ਨਿਰਵੈਰ, ਨਿੰਦਕ ਦੋਖੀ ਬੇਮੁਖਤਾਰ ਹੈ। ਭਾਈ ਸਾਹਿਬ ਕਹਿੰਦੇ ਨੇ ਸਤਿਗੁਰ ਆਗੂ ਜਾਣੀਏ ਵੱਡੇ ਅਜਾਣ, ਮੁਗਨ ਮੁਗਤ ਨਿਸਤਾਰੇ। ਸਤਿਗੁਰ ਪੁਰਖ ਸੁਜਾਣ ਹੈ ਬਾਂਹ ਪਕੜ ਅੰਧਲੇ ਉਧਾਰੇ। ਅਖੀਰ ਵਿਚ ਕਹਿਣ ਲੱਗੇ ਮਾਣ ਨਿਮਾਣੇ ਸਤ ਬਲਿਹਾਰੇ, ਮੇਰੇ ਗੁਰੂ ਨਾਨਕ ਸਾਹਿਬ ਮੈਂ ਤੇਰੇ ਤੋਂ ਕੁਰਬਾਨ ਜਾਣਾ, ਕਿਉਂਕਿ ਤੇਰੇ ਤੋਂ ਬਿਨਾਂ ਇਹੋ ਜਿਹੇ ਗੁਣ ਹੋਰ ਕਿਸੇ ਵਿਚ ਮੈਨੂੰ ਨਜ਼ਰ ਨਹੀਂ ਆਉਂਦੇ ਪਏ। ਮੈਂ ਅਰਜ਼ ਕਰ ਰਿਹਾ ਹਜ਼ੂਰ ਕਹਿੰਦੇ ਨੇ ਜੇ ਉਸ ਇੱਕੋ ਤੇ ਗੁਰੂ ਕੀ ਕਿਰਪਾ ਲੈ। ਗੁਰੂ ਗ੍ਰੰਥ ਸਾਹਿਬ ਦੇ ਸੁਖਮਨੀ ਸਾਹਿਬ ਜੀ ਦੀ ਬਾਣੀ ਅੰਦਰ ਸਤਿਗੁਰੂ ਦੀ ਪਰਿਭਾਸ਼ਾ ਦਿੱਤੀ ਹੈ। ਪਰ ਜੇ ਅਸੀਂ ਸਾਰੇ ਆ ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ਼ਕਾ ਨਾਉ ਤਿਸ਼ਕਾ ਸੰਗ ਸਿੱਖ ਉਤਰੈ, ਨਾਨਕ ਹਰ ਗੁਣ ਗਾਓ। ਤੇ ਚੇਤੇ ਰੱਖਣਾ ਇਸ ਅਸ਼ਟਪਦੀ ਦਾ ਪਹਿਲਾ ਅੰਕ ਪਹਿਲੇ ਪਦੇ ਤੇ ਦੂਜੇ ਪਦੇ ਨੂੰ ਧਿਆਨ ਨਾਲ ਪੜ੍ਹਨਾ। ਪਹਿਲੇ ਪਦੇ ਵੀ ਦੱਸਿਆ ਗੁਰੂ ਦਾ ਕਰਤਵ ਕੀ ਹੈ, ਤੇ ਦੂਸਰੇ ਪਦੇ ਵੀ ਦੱਸਿਆ ਜੇ ਗੁਰੂ ਦਾ ਇਹੋ ਜਿਹਾ ਕਰਤਵ ਹੈ ਤੇ ਸਿੱਖ ਦਾ ਕਰਤਵ ਕੀ ਹੈ, ਸਿੱਖ ਨੂੰ ਕੀ ਚਾਹੀਦਾ। ਹਜ਼ੂਰ ਨੂੰ ਪੁੱਛਿਆ ਮਹਾਰਾਜ ਸਤਿਗੁਰੂ ਦੇ ਕੀ ਲੱਛਣ ਨੇ। ਹਜ਼ੂਰ ਨੇ ਕਿਹਾ ਸਜਣਾ ਪਹਿਲੀ ਗੱਲ ਇਹ ਕਿ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ। ਸਤਿਗੁਰੂ ਆਪਣੇ ਸਿੱਖ ਦੀ ਪ੍ਰਤਪਾਲਨਾ ਦੀ ਜ਼ਿੰਮੇਵਾਰੀ ਚੁੱਕਦਾ, ਉਹ ਕਦੀ ਉਹਨੂੰ ਘਾਟ ਨਹੀਂ ਪੈਣ ਦਿੰਦਾ ਜਿਹੜਾ ਯਕੀਨ ਨਾਲ ਬਹਿ ਜਾਏ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਹੋ ਗੁਰ ਸਦਾ ਦਿਆਲ। ਸਿੱਖ ਕੀ ਗੁਰ ਦੁਰਮਤ ਮਲ ਕੀ ਰਹਿ, ਸਤਿਗੁਰੂ ਆਪਣੇ ਸਿੱਖ ਦੀ ਭੈੜੀ ਮਾਤਾ ਨਾਸ਼ ਕਰਦੇ ਨੇ। ਗੁਰ ਬਚਨੀ ਹਰ ਨਾਮ ਉਚਰੈ, ਫਿਰ ਗੁਰੂ ਕਾ ਸਿੱਖ ਬਚਨ ਸੁਣ ਸੁਣ ਕੇ ਨਾਮ ਜਪਦਾ। ਸਾਹਿਬ ਕਹਿੰਦੇ ਨੇ ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਬੇਕਾਰ ਤੇ ਹਟੈ। ਜਿੱਦਨ ਏਡਾ ਭਾਂਡਾ ਸਾਫ ਹੋ ਗਿਆ ਨਾ, ਉਦਨ ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਏ। ਤੇ ਅਗਲਾ ਬਚਨ ਉਹਨਾਂ ਨੇ ਕਿਹਾ, ਕਹਿਣ ਲੱਗੇ ਸਜਣਾ ਇਹ ਤਾਂ ਇਸ ਲੋਕ ਦੀ ਗੱਲ ਹੈ ਨਾ, ਧਿਆਨ ਰੱਖੀ ਅਗਲਾ ਕੰਮ ਜਿਹੜਾ ਮੇਰਾ ਸਤਿਗੁਰੂ ਕਰਦਾ। ਸਤਿਗੁਰ ਸਿੱਖ ਕਾ ਹਾਲਤ ਪਲਕ ਸਵਾਰ ਹੈ। ਹਾਲਤ ਦਾ ਅਰਥ ਹੈ ਲੋਕ, ਪਲਕ ਦਾ ਅਰਥ ਹੈ ਪਰਲੋਕ, ਉਹ ਸਵਾਰ ਦਿੰਦਾ। ਤੇ ਸਾਹਿਬ ਕਹਿੰਦੇ ਨੇ ਸਰੀਰ ਨਾਲ ਤਾਂ ਸਾਰੇ ਤੁਰਦੇ ਨੇ, ਅੱਜ ਅਰੋਗਤਾ ਹੋਵੇ ਪੈਸਾ ਕੋਲ ਹੋਵੇ ਤੇ ਬਗੈਰ ਗੁਲਾਮ ਤੋਂ ਵੀ ਲੋਕ ਪਿੱਛੇ ਤੁਰਨਗੇ, ਰਿਸ਼ਤੇਦਾਰ ਵੀ ਬੜੇ ਬਣਨਗੇ, ਮਿੱਤਰ ਦੋਸਤ ਭੈਣ ਭਰਾ ਮਾਂ ਬਾਪ ਵੀ ਬਣ ਜਾਣਗੇ। ਤੇ ਜਦੋਂ ਪਿਆਰਿਓ ਧਨ ਚਲਾ ਜਾਏ, ਸ਼ੋਹਰਤ ਚਲੀ ਜਾਏ, ਵਡਿਆਈ ਚਲੀ ਜਾਏ, ਕੋਈ ਨੇੜੇ ਨਹੀਂ ਢੁਕਦਾ। ਤੇ ਸਤਿਗੁਰੂ ਕਹਿੰਦੇ ਨੇ ਇੱਥੋਂ ਤੱਕ ਕਿ ਜਦੋਂ ਮੌਤ ਹੋਵੇ ਉਦੋਂ ਸਰੀਰ ਵੀ ਸਾਥ ਛੱਡ ਦਿੰਦਾ, ਪਰ ਮੇਰਾ ਗੁਰੂ ਨਾਨਕ ਐਸਾ ਹੀ ਜਿਹੜਾ ਸਰੀਰ ਨਾਲ ਨਹੀਂ, ਸਰੀਰ ਨਾਲ ਤਾਂ ਚਾਰ ਭਰਾ ਵੀ ਮੋਢਾ ਦੇ ਕੇ ਤੁਰਦੇ ਨੇ, ਪਰ ਗੁਰੂ ਐਸਾ ਜਿਹੜਾ ਮਨੁੱਖ ਦੀ ਜਿੰਦ ਦੇ ਨਾਲ ਜਾਂਦਾ, ਕਿਉਂਕਿ ਸਤਿਗੁਰੂ ਦੇ ਲੱਛਣ ਨੇ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰ ਹੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੰਭਾਰ ਹੈ। ਜਿੰਦ ਨਾਲ ਕੋਈ ਸੰਭਾਲਦਾ, ਇਹ ਤੇ ਗੁਰੂ ਦੇ ਕਰਤਵ ਨੇ ਨਾ। ਪਰ ਕਮਾਲ ਕਰ ਦਿੱਤੀ ਮੇਰੇ ਗੁਰੂ ਅਰਜਨ ਸਾਹਿਬ, ਪਹਿਲਾਂ ਤਾਂ ਦੱਸਿਆ ਤੇਰੇ ਗੁਰੂ ਵਿਚ ਇਹ ਗੁਣ ਨੀ, ਹੁਣ ਮਹਾਰਾਜ ਜਿਸ ਦਾ ਗੁਰੂ ਇੰਨਾ ਮਾਣ ਹੋਵੇ, ਜਿਹੜਾ ਕਹਿ ਮੈਂ ਤੇਰੀ ਜਿੰਦ ਨਾਲ ਤੁਰਾਂਗਾ, ਤੇ ਉਸ ਸਿੱਖ ਨੂੰ ਕੀ ਕਰਨਾ ਚਾਹੀਦਾ। ਗੁਰੂ ਅਰਜਨ ਸਾਹਿਬ ਨੇ ਨਾਲ ਹੀ ਅਗਲਾ ਪਦਾ ਕਹਿ ਦਿੱਤਾ, ਪਹਿਲਾ ਪਦਾ ਗੁਰੂ ਦੀ ਉਸਤਤ ਵਿਚ ਗੁਰੂ ਕੀ ਮਹਿਮਾ ਗੁਰੂ ਦੇ ਕਰਤਵ, ਤੇ ਅਗਲੇ ਪਦੇ ਵਿਚ ਕਹਿ ਦਿੱਤਾ, ਕਹਿਣ ਲੱਗੇ ਗੁਰ ਕੇ ਗ੍ਰਹਿ ਸੇਵਕ ਜੋ ਰਹਿ। ਕਿੰਨਾ ਦੀ ਜਿੰਦ ਨਾਲ ਗੁਰੂ ਜਾਂਦਾ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਭ ਧਿਆਵੈ, ਮਨ ਬੇਚੈ ਸਤਿਗੁਰ ਕਹਿ ਪਾਸ। ਜਿਹੜਾ ਮਨ ਦੇ ਕੇ ਕਹਿ ਗੁਰੂ ਨਾਨਕ ਸਾਹਿਬ ਤੁਸੀਂ ਜੋ ਕਹਿੰਦੇ ਹੋ ਮੈਨੂੰ ਪ੍ਰਵਾਨ ਏ, ਪਰ ਕਿਰਪਾ ਕਰੀ ਮੈਨੂੰ ਆਪਣਾ ਬਣਾ ਲਵੇ। ਮਨ ਬੇਚੈ ਸਤਿਗੁਰ ਕਹਿ ਪਾਸ, ਇਸ ਸੇਵਕ ਕੇ ਕਾਰਜ ਰਾਸ, ਤੇ ਸੇਵਾ ਕਰਕੇ ਦਾਅਵੇ ਨਾ ਕਰੇ ਮੈਂ ਸੇਵਾ ਕੀਤੀ, ਸੇਵਾ ਕਰਤ ਹੋਏ ਨੇ ਕਾਮੀ, ਤਿਸਕੋ ਹੋਤ ਪ੍ਰਾਪਤ ਸਵਾਮੀ। ਸਾਹਿਬ ਕਹਿੰਦੇ ਨੇ ਇਹ ਫਿਰ ਗੁਣ ਸਿੱਖ ਵਿਚ ਵੀ ਚਾਹੀਦੇ ਨੇ। ਜੇ ਗੁਰੂ ਤੇਰੀ ਜਿੰਦ ਨਾਲ ਤੁਰਦਾ ਤੇ ਤੂੰ ਸਤਿਗੁਰੂ ਨੂੰ ਕੀ ਭੇਟ ਕਰੇ, ਨਿਸ਼ਕਾਮਤਾ ਨਾਲ ਸੇਵਾ ਕਰੀ ਮਨ ਭੇਟ ਕਰ ਦੇਈ। ਮੈਂ ਅਰਜ਼ ਕਰ ਰਿਹਾ ਸਤਿਗੁਰੂ ਗੁਰੂ ਨਾਨਕ ਸਾਹਿਬ ਸਮਰੱਥ ਗੁਰੂ ਨੇ, ਜਿਹਦੀ ਕਿਰਪਾ ਨਾਲ ਆਪਾਂ ਇੱਕ ਓੰਕਾਰ ਨੂੰ ਪਾਣੇ। ਵੈਸੇ ਗੁਰੂ ਨਾਨਕ ਸਾਹਿਬ ਨੇ ਆਪਣਾ ਗੁਰੂ ਇੱਕ ਅਕਾਲ ਪੁਰਖ ਨੂੰ ਕਿਹਾ, ਆਪਣਾ ਗੁਰੂ ਸ਼ਬਦ ਨੂੰ ਕਿਹਾ, ਸਾਡੇ ਗੁਰੂ ਨੇ ਧੰਨ ਗੁਰੂ ਨਾਨਕ ਸਾਹਿਬ। ਤੇ ਯਾਦ ਰੱਖਣਾ ਗੁਰੂ ਨਾਨਕ ਸਾਹਿਬ ਦੀ ਜੋਤੀ ਅੱਗੇ ਚੱਲਦੀ ਰਹੀ ਏ, ਉਹਨਾਂ ਨੇ ਅੱਗੇ ਕਿਰਪਾ ਕੀਤੀ ਏ। ਤੇ ਜਿਹੜੇ ਲੋਕ ਕਹਿੰਦੇ ਨੇ ਗੁਰੂ ਤੋਂ ਬਿਨਾਂ ਪ੍ਰਾਪਤੀ ਹੋ ਜਾਏਗੀ, ਆਸਾ ਦੀਵਾਰ ਦੀ ਜਦੋਂ ਬਾਣੀ ਅਸੀਂ ਪੜ੍ਹਨੇ ਆ, ਹਜ਼ੂਰ ਕਹਿੰਦੇ ਨੇ ਬਿਨ ਸਤਿਗੁਰ ਕਿਨਾ ਨਾ ਪਾਇਓ, ਬਿਨ ਸਤਿਗੁਰ ਕਿਨਾ ਨਾ ਪਾਇਆ, ਸਤਿਗੁਰ ਵਿਚ ਆਪ ਰੱਖਿਓ
ਸਤਿਗੁਰੂ ਵਿੱਚ ਆਪ ਮੇਰਾ ਵਾਹਿਗੁਰੂ ਬੈਠੇ ਹੀ ਕਰ ਪ੍ਰਗਟ ਆਪ ਸੁਣਾਇਆ, ਸਾਰੀ ਦੁਨੀਆਂ ਵਿੱਚ ਪ੍ਰਗਟ ਕਰਕੇ ਕਹਿ ਦਿੱਤਾ ਕਿ ਜੇ ਇੱਕ ਓੰਕਾਰ ਨੂੰ ਮਿਲਣੀ ਤੇ ਸਤਿਗੁਰੂ ਦੇ ਚਰਨਾਂ ਨਾਲ ਜੁੜਨਾ ਪਏਗਾ। ਹਜ਼ੂਰ ਨੇ ਦੂਜਾ ਬਚਨ ਕਿਹਾ, ਕਹਿਣ ਲੱਗੇ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹ ਜੀਓ ਬਹੁਤੇ ਜਨਮ ਭਰਮਿਆ, ਕਈ ਜਨਮ ਭਟਕ ਕੇ ਆ ਗਿਆ। ਤੇ ਸਾਹਿਬ ਕਹਿੰਦੇ ਨੇ ਫਿਰ ਗੁਰੂ ਨੇ ਕਿਰਪਾ ਕਰਕੇ ਆਪਣੇ ਸ਼ਬਦ ਦੀ ਦਾਤ ਦਿੱਤੀ, ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਕਹਿਣ ਲੱਗੇ ਸਤਿਗੁਰ ਜੇਵੜ ਦਾਤਾ ਕੋ ਨਹੀਂ ਗੁਰ ਪ੍ਰਸਾਦ, ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ, ਸਾਰੀ ਧਰਤੀ ਦੇ ਲੋਕੋ ਸੁਣ ਲਵੋ, ਕਿਉਂਕਿ ਗੁਰੂ ਤੋਂ ਬਿਨਾਂ ਉਸ ਪਰਮੇਸ਼ਵਰ ਨਾਲ ਕੋਈ ਮਿਲਾ ਨਹੀਂ ਸਕਦਾ। ਸਤਿਗੁਰੂ ਨੇ ਕਿਰਪਾ ਕੀਤੀ। ਗੁਰੂ ਅੰਗਦ ਸਾਹਿਬ ਦੀ ਬਾਣੀ ਵਿਚ ਇੱਕ ਬਚਨ ਆਉਂਦਾ, ਹਜ਼ੂਰ ਨੇ ਨਾ ਸਾਡੇ ਤਨ ਨੂੰ ਇੱਕ ਕੋਠਾ ਕਿਹਾ। ਕਹਿਣ ਲੱਗੇ ਮਨ ਕੋਠਾ ਹੈ ਤੇ ਆਹ ਜਿਹੜੀ ਚਮੜੀ ਹੈ ਨਾ ਇਹ ਮਨ ਕੋਠੇ ਦੇ ਉੱਤੇ ਛੱਤ ਪਈ ਹੈ। ਕਹਿਣ ਲੱਗੇ ਇਸ ਮਨ ਰੂਪੀ ਜਿਹੜਾ ਕੋਠਾ ਹੈ ਇਹਨੂੰ ਇੱਕ ਦਰਵਾਜਾ ਹੈ ਤੇ ਉਸ ਦਰਵਾਜੇ ਨੂੰ ਤਾਲਾ ਲੱਗਾ ਮਾਇਆ ਦੀ ਪਾਹ ਦਾ। ਸਾਹਿਬ ਕਹਿਣ ਲੱਗੇ ਇਸ ਮਨ ਦੇ ਅੰਦਰ ਬੜੇ ਭੇਦ ਨੀ, ਯਾਦ ਰੱਖ ਤਨ ਛੱਤ ਹੈ ਮਨ ਖੁੱਟ ਹੈ, ਮਾਇਆ ਦੀ ਕੁੰਡੀ ਕਈ ਜਨਮਾਂ ਦੀ ਵੱਜੀ ਏ। ਤੇ ਪੁੱਛਿਆ ਗੁਰੂ ਅੰਗਦ ਸਾਹਿਬ ਇੰਨਾ ਖਜ਼ਾਨਾ ਹੋਣ ਦੇ ਬਾਵਜੂਦ ਵੀ ਅਸੀਂ ਭੁੱਖੇ? ਤੇ ਸਾਹਿਬ ਕਹਿਣ ਲੱਗੇ ਘਰ ਭਾਵੇਂ ਜਿਤਨਾ ਮਰਜ਼ੀ ਸੋਹਣਾ ਹੋਵੇ ਤੇ ਰਾਤ ਪੈਂਦੀ ਹੋਵੇ ਠੰਡ ਤੇ ਘਰ ਨੂੰ ਲੱਗਾ ਹੋਵੇ ਤਾਲਾ ਤੇ ਤਾਲੇ ਦੀ ਚਾਬੀ ਕੋਲ ਨਾ ਹੋਵੇ, ਕੀ ਕਰਾਂਗੇ ਉਸ ਘਰ ਨੂੰ ਜਿਸ ਘਰ ਦੇ ਤਾਲੇ ਨੂੰ ਖੋਲਣ ਵਾਸਤੇ ਸਾਡੇ ਕੋਲ ਚਾਬੀ ਕੋਈ ਨਹੀਂ? ਕਹਿੰਦੇ ਨੇ ਖਜ਼ਾਨਾ ਤੇਰੇ ਅੰਦਰ ਏ, ਮਨ ਕੋਠਾ ਹੈ, ਤਨ ਛੱਤ ਏ, ਮਾਇਆ ਦੀ ਪਾਹ ਦਾ ਲੱਗਾ ਤਾਲਾ ਤੇ ਗੁਰੂ ਅੰਗਦ ਸਾਹਿਬ ਚਾਬੀ ਕਿਹਦੇ ਕੋਲ ਏ? ਕਹਿਣ ਲੱਗੇ ਮੈਨੂੰ ਤਾਂ ਇਹਦੀ ਚਾਬੀ ਗੁਰੂ ਨਾਨਕ ਤੋਂ ਬਿਨਾਂ ਕਿਸੇ ਹੋਰ ਹੱਥ ਵਿੱਚ ਨਜ਼ਰ ਹੀ ਨਹੀਂ ਆਉਂਦੀ ਪਈ। ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਗੁਰ ਕੁੰਜੀ ਪਾਹੂ ਨਿਵਲ, ਸਤਿਗੁਰੂ ਇੱਕ ਕੁੰਜੀ ਦਾ ਕੰਮ ਕਰਦੇ ਨੇ ਉਹਦੇ ਕੋਲ ਚਾਬੀ ਪਾਹੂ ਨਿਵਲ। ਤੇ ਚੇਤੇ ਰੱਖਿਓ ਗੁਰੂ ਜੀ ਕੋਲ ਨਾਮ ਦੀ ਚਾਬੀ ਏ। ਤੇ ਕਈ ਵਾਰੀ ਬੰਦੇ ਐਸੇ ਵੀ ਹੁੰਦੇ ਨੇ ਜਿਨ੍ਹਾਂ ਕੋਲ ਚਾਬੀ ਹੁੰਦੀ ਹੈ ਤੇ ਤਾਲੇ ਕਈ ਇਹੋ ਜਿਹੇ ਨੇ ਚਾਬੀ ਹੋਣ ਦੇ ਬਾਵਜੂਦ ਵੀ ਨਹੀਂ ਜੇ ਖੁੱਲਦੇ, ਕਿਉਂਕਿ ਚਾਬੀ ਨਾਲ ਜੁਗਤ ਵੀ ਚਾਹੀਦੀ ਏ, ਜੁਗਤ ਵੀ ਗੁਰੂ ਕੋਲ ਏ। ਸਾਹਿਬ ਕਹਿੰਦੇ ਨੇ ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ, ਅਵਰ ਨਾ ਕੁੰਜੀ ਹੱਥ ਗੁਰ ਪ੍ਰਸਾਦ। ਉਸ ਇੱਕ ਓੰਕਾਰ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਹੋਣੀ, ਸਤ ਗੁਰੂ ਦੀ ਬਖਸ਼ ਨਾਲ ਹੋਣੀ ਏ। ਤੇ ਗੁਰੂ ਕੀ ਕਿਰਪਾ ਜਿੰਨੀ ਦੇਰ ਤੱਕ ਤੂੰ ਲੈਂਦਾ ਨੀ ਪਿਆਰਿਓ, ਵੇਖੋ ਜਿਹੜੇ ਗੁਰੂ ਵਾਲੇ ਬਣ ਚੁੱਕੇ ਨੇ ਨਾ ਉਹ ਵੀ ਇੱਕ ਗੱਲ ਪੱਕੀ ਤਰ੍ਹਾਂ ਦ੍ਰਿੜ ਕਰ ਲਓ ਕਿ ਸਤਿਗੁਰੂ ਦੀ ਕਿਰਪਾ ਤੋਂ ਬਿਨਾਂ ਅਸੀਂ ਪ੍ਰਵਾਨ ਨਹੀਂ ਹੋਣਾ। ਕਬੀਰ ਸਾਹਿਬ ਦੀ ਬਾਣੀ ਦਾ ਇੱਕ ਸਲੋਕ ਹੁੰਦਾ, ਸ਼ਬਦ ਏ ਕਬੀਰ ਮਹਿੰਦੀ ਕਰਕੇ ਘਾਲਿਆ, ਧਿਆਨ ਦੇਣਾ ਥੋੜਾ ਜਿਹਾ, ਕਿਰਪਾ ਤੋਂ ਬਿਨਾਂ ਪ੍ਰਵਾਨ ਨਹੀਂ ਹੋਈਦਾ। ਕਬੀਰ ਮਹਿੰਦੀ ਕਰਕੇ ਘਾਲਿਆ ਆਪ ਪਿਸਾਏ ਪਿਸਾਏ, ਤੈਂ ਸ਼ਹਿ ਬਾਤ ਨਾ ਪੁੱਛਿਆ, ਕਬਹੂ ਨਾ ਲਾਈ ਪਾਏ। ਹੁਣ ਕਿਰਪਾ ਦੀ ਗੱਲ ਹੋਣ ਲੱਗੀ, ਕਬੀਰ ਸਾਹਿਬ ਕਹਿੰਦੇ ਨੇ ਇੰਨੀ ਕੁ ਘਾਲਣਾ ਕੀਤੀ, ਆਪਣੇ ਆਪ ਨੂੰ ਪੀ ਕੇ ਮਹਿੰਦੀ ਦੀ ਤਰ੍ਹਾਂ ਬਰੀਕ ਕਰ ਲਿਆ, ਇੰਨਾ ਬਰੀਕ ਕਰ ਲਿਆ ਮਹਿੰਦੀ ਦੀ ਤਰ੍ਹਾਂ ਹੋ ਗਏ, ਪਰ ਮੇਰੇ ਮਾਲਕਾ ਮੇਰੀ ਕਮਾਈ ਵੱਲ ਝਾਤੀ ਨਹੀਂ ਉਮਾਰੀ, ਇੰਨਾ ਕੁ ਆਪਣੇ ਆਪ ਨੂੰ ਸੂਖਸ਼ਮ ਕਰ ਲਿਆ ਪਰ ਕਦੀ ਤੂੰ ਆਪਣੇ ਚਰਨਾਂ ਨਾਲ ਤੇ ਲਾਇਆ ਨਹੀਂ ਨਾ। ਆਪ ਪਿਸਾਏ ਪਿਸਾਏ, ਤੈ ਸ਼ਹਿ ਬਾਤ ਨਾ ਪੁੱਛਿਆ, ਪਰ ਤੁਸੀਂ ਤਾਂ ਮੇਰੀ ਬਾਤ ਹੀ ਨਹੀਂ ਪੁੱਛੀ, ਕਬੂ ਨਾ ਲਾਈ ਪਾਏ, ਇੰਨੀ ਕਮਾਈ ਕਰਨ ਤੋਂ ਬਾਅਦ ਵੀ ਤੁਸੀਂ ਕਦੀ ਮੈਨੂੰ ਚਰਨਾਂ ਨਾਲ ਲਾਇਆ ਨਹੀਂ। ਤੇ ਅੱਗੋਂ ਗੁਰੂ ਸਾਹਿਬ ਉੱਤਰ ਦਿੰਦੇ ਨੇ, ਨਾਨਕ ਮਹਿੰਦੀ ਕਰਕੇ ਰੱਖਿਆ। ਵੇਖੋ ਰਮਜ ਖੋਲਦੇ ਪਏ ਨੇ, ਇਹਦਾ ਮਤਲਬ ਇਹ ਨਹੀਂ ਕਿ ਕਬੀਰ ਸਾਹਿਬ ਦੇ ਬਚਨ ਗਲਤ ਨੇ, ਉਹਨਾਂ ਨੇ ਇੱਕ ਰਮਜ ਪਾਈਏ, ਉਹਨਾਂ ਨੇ ਇੱਕ ਬੁਝਾਰਤ ਪਾਈਏ, ਤੇ ਸਤਿਗੁਰੂ ਉਸ ਪਹੇਲੀ ਦਾ ਜਿਹੜਾ ਸਮਾਧਾਨ ਪੈ ਕਰਦੇ ਨੇ। ਕਹਿੰਦੇ ਨੇ ਨਾਨਕ ਮਹਿੰਦੀ ਕਰਕੇ ਰੱਖਿਆ, ਇਹ ਨਾ ਕਹਿ ਕੇ ਆਪ ਪਿਸਾਏ ਪਿਸਾਏ, ਇਹ ਕਹਿ ਸੌ ਸੌ ਨਦਰ ਕਰੇ, ਜੇ ਮੈਂ ਪੈਂਦੀ ਦੀ ਤਰ੍ਹਾਂ ਬਰੀਕ ਹੋਇਆ ਗੁਰ ਪ੍ਰਸਾਦ ਤੇਰੀ ਕਿਰਪਾ ਨਾਲ, ਸੌ ਸੌ ਨਦਰ ਕਰੇ ਆਪੇ ਪੀਸੈ ਆਪੇ ਘਸੈ ਆਪੇ ਹੀ ਲਾਏ ਲੈ, ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ। ਇਹ ਗੁਰ ਪ੍ਰਸਾਦ ਹੀ ਉਹਦੀ ਕਿਰਪਾ, ਕੀ ਪਤਾ ਉਹਨੇ ਕਿਹਦੀ ਝੋਲੀ ਵਿੱਚ ਦਾਤ ਪਾ ਦੇਣੀ। ਹਜ਼ੂਰ ਦੇ ਅਸੀਂ ਬਚਨ ਪੜ੍ਹਦੇ, ਤਨ ਸਾਡੇ ਸਾਰਿਆਂ ਦੇ ਇੱਕੋ ਜਿਹੇ ਨੇ, ਰੱਬ ਨੇ ਸਰੀਰ ਦੀ ਬਣਤਰ ਕਰੀਬ ਕਰੀਬ ਇੱਕੋ ਜਿਹੀ ਬਣਾਈ, ਰੰਗ ਦਾ ਫਰਕ ਹੋ ਸਕਦਾ, ਚੱਕਰ ਚਿੰਨ੍ਹਾਂ ਦਾ ਫਰਕ ਹੋ ਸਕਦਾ, ਅੰਗ ਕਰੀਬ ਕਰੀਬ ਇੱਕੋ ਜਿਹੇ। ਸਾਹਿਬ ਕਹਿੰਦੇ ਨੇ ਭਾਂਡੇ ਇੱਕੋ ਮਿੱਟੀ ਦੇ ਨੇ, ਬਣਾਏ ਵੀ ਇੱਕ ਕੁਮਾਰ ਨੇ, ਪਰ ਕਦੀ ਦੇਖੀ ਕਈ ਭਾਂਡੇ ਐਸੇ ਨੇ ਜਿਨ੍ਹਾਂ ਵਿੱਚ ਸਵਾਣੀਆਂ ਘਰਾਂ ਵਿੱਚ ਦੁੱਧ ਪਾਉਂਦੀਆਂ ਨੇ, ਜਿਨ੍ਹਾਂ ਭਾਂਡਿਆਂ ਵਿੱਚ ਸ਼ਰਬਤ ਪਾਏ ਜਾਂਦੇ ਨੇ ਮਿੱਠੇ,
ਜਿਨ੍ਹਾਂ ਭਾਂਡਿਆਂ ਵਿੱਚ ਅੰਮ੍ਰਿਤ ਪਾਇਆ ਜਾਂਦਾ ਹੈ, ਤੇ ਆਖਰ ਉਹ ਵੀ ਤਾਂ ਭਾਂਡੇ ਮਿੱਟੀ ਦੇ ਬਣੇ ਨੇ ਜਿਹੜੇ ਸਾਰਾ ਦਿਨ ਵਿਚਾਰੇ ਅੱਗ ਉੱਤੇ ਚੜੇ ਰਹਿੰਦੇ। ਆਪਾਂ ਪਿੰਡਾਂ ਵਿੱਚ ਤੱਕਦੇ ਹਾਂ ਕਈ ਵਾਰੀ ਕਾੜਨੀ ਸਾਰਾ ਦਿਨ ਉਹ ਵਿਚਾਰੀ ਅੱਗ ਤੇ ਚੜਦੀ ਤੇ ਜਦੋਂ ਰਿੜਕਣ ਦੀ ਵਾਰੀ ਆਉਂਦੀ ਭਾਂਡੇ ਚੇਂਜ ਹੋ ਜਾਂਦਾ, ਰਿੜਕਦੇ ਹੋਰ ਭਾਂਡੇ ਚ ਤੇ ਕੜਦਾ ਦੁੱਧ ਕਿਸੇ ਹੋਰ ਵਿੱਚ। ਸਾਹਿਬ ਕਹਿੰਦੇ ਨੇ ਆਪੇ ਭਾਂਡੇ ਸਾਜੇ ਨੇ। ਸਾਹਿਬ ਕਹਿਣ ਲੱਗੇ ਉਸ ਵਾਹਿਗੁਰੂ ਨੇ ਇਹ ਭਾਂਡੇ ਸਾਜੇ ਨੇ, ਆਪੇ ਉਹਨੇ ਭਾਂਡੇ ਆਪੇ ਭਾਂਡੇ ਸਾਜੇ ਨੇ। ਸਾਹਿਬ ਕਹਿਣ ਲੱਗੇ ਉਹਨੇ ਸਾਜਣ ਤੋਂ ਬਾਅਦ ਇਕਨਾਂ ਵਿੱਚ ਦੁੱਧ ਪਾ ਦਿੱਤਾ, ਉਹ ਜਿਹੜੇ ਨੇ ਅੰਮ੍ਰਿਤ ਰੂਪ ਬਣ ਗਏ ਨੇ, ਤੇ ਇੱਕ ਜਿਹੜੇ ਨੇ ਸਾਰਾ ਦਿਨ ਚੁੱਲ੍ਹੇ ਤੇ ਚੜਦੇ ਪਏ ਨੇ। ਪਿਆਰਿਆ ਜਿਨ੍ਹਾਂ ਤੇ ਨਜ਼ਰ ਕਰਦਾ ਨਾ, ਭਾਂਡੇ ਇੱਕੋ ਮਿੱਟੀ ਦੇ ਨੇ, ਉਹਨਾਂ ਤੇ ਨਜ਼ਰ ਕਰਕੇ ਉਹਨਾਂ ਦੇ ਵਿੱਚ ਆਪਣਾ ਨਾਮ ਅੰਮ੍ਰਿਤ ਟਿਕਾ ਦਿੰਦਾ। ਗੱਲ ਉਹਦੀ ਕਿਰਪਾ ਤੇ ਟਿਕੀ ਹੈ, ਗੁਰ ਪ੍ਰਸਾਦ, ਉਹਦੀ ਕਿਰਪਾ ਤੋਂ ਬਿਨਾਂ ਕੁਝ ਵੀ ਨੀ ਬਣਦਾ। ਆਪੇ ਭਾਂਡੇ ਸਾਜੀਆਂ, ਆਪੇ ਨਦਰ ਕਰੇ। ਸਾਹਿਬ ਕਹਿੰਦੇ ਨੇ ਉਹ ਆਪ ਹੀ ਕਿਰਪਾ ਕਰੇ, ਤਾਂ ਕਿਰਪਾ ਹੋਵੇ ਉਹਦੀ, ਤਾਂ ਅੰਦਰ ਕੋਈ ਟਿਕਦਾ। ਖੈਰ ਮੈਂ ਅਰਜ਼ ਕਰ ਰਿਹਾ, ਉਹਦੀ ਕਿਰਪਾ ਤੋਂ ਬਿਨਾਂ, ਗੁਰ ਪ੍ਰਸਾਦ ਤੋਂ ਬਿਨਾਂ ਅੰਦਰ ਦੇ ਭਾਂਡੇ ਵਿੱਚ ਕੁਝ ਟਿਕਦਾ ਨਹੀਂ। ਤੇ ਹਜ਼ੂਰ ਨੇ ਬੜੀਆਂ ਉਦਾਹਰਨਾਂ ਦਿੱਤੀਆਂ ਨੇ, ਗੁਰੂ ਦੀ ਕਿਰਪਾ ਤੋਂ ਬਿਨਾਂ ਪ੍ਰਾਪਤੀ ਲਈ। ਆ ਪਹਾੜੀ ਦੀ ਇੱਕ ਚੋਟੀ ਸੀ, ਤੇ ਸੂਰਜ ਦੀਆਂ ਕਿਰਨਾਂ ਉਸ ਪਹਾੜ ਦੀ ਚੋਟੀ ਤੇ ਪਈਆਂ, ਤੇ ਕੋਮਲ ਬਨਸਪਤੀ, ਤੇ ਉਹ ਕੋਮਲ ਬਨਸਪਤੀ ਤੇ ਜਦੋਂ ਕਿਰਨਾਂ ਪਈਆਂ ਨਾ, ਤੇ ਇੱਕੋ ਦਮ ਉਹ ਖਿੜਾਅ ਵਿੱਚ ਆ ਗਈ, ਤੇ ਇਸੇ ਪਹਾੜੀ ਤੇ ਇੱਕ ਮਨੁੱਖ ਬੈਠਾ ਹੈ ਜਿਹਦੇ ਕੇਸ ਦੁੱਧ ਵਰਗੇ ਚਿੱਟੇ ਨੇ, ਤੇ ਪਤਾ ਨੀ ਅੱਜ ਹੋਕਾ ਭਰ ਕੇ ਕਹਿੰਦਾ, ਯਾ ਖੁਦਾ ਤੇਰੀ ਰਜ਼ਾ, ਹੇ ਅੱਲਾਹ ਤਾਲਾ ਤੇਰੀ ਰਜ਼ਾ। ਤਪ ਕਰ ਕਰਕੇ ਮਨ ਕਠੋਰ ਹੋ ਗਿਆ, ਪੱਥਰਾਂ ਤੇ ਬਹਿ ਬਹਿ ਕੇ ਕਿੰਨੇ ਸਾਲ ਨਿਕਲ ਗਏ ਨੇ, ਪਤਾ ਨੀ ਪਿਰਮ ਰਸ ਮਿਲਣਾ ਕਿ ਨਹੀਂ, ਪਰ ਯਾ ਖੁਦਾ ਤੇਰੀ ਰਜ਼ਾ, ਹੁਣ ਤਾਂ ਕੰਧੀ ਉੱਤੇ ਰੁਕ ਰਹਿਣਾ, ਅੱਖਾਂ ਭਰ ਰਹੀਆਂ ਨੇ। ਤੇ ਉਸੇ ਵਕਤ ਅੱਖਾਂ ਬੰਦ ਕਰਕੇ ਇਹ ਬਜ਼ੁਰਗ ਬਹਿ ਗਿਆ, ਤੇ ਇੰਨੀ ਦੂਰ ਨੂੰ ਦੋ ਸਰੀਰ ਨਜ਼ਰ ਆਏ ਨੇ। ਦਿਸਦਾ ਇੱਕ ਸਰੀਰ ਏ, ਪਰ ਰਹਿੰਦਾ ਉਹ ਸਰੀਰ ਤੋਂ ਬਾਹਰ ਏ, ਕਾਰਜ ਸਿੱਧੀ ਲਈ ਸਰੀਰ ਏ। ਕੋਲ ਆਏ ਨੇ ਤੇ ਕਹਿੰਦੇ ਨੇ, ਕੋਲ ਆ ਕੇ ਟਿਕ ਗਏ ਨੇ। ਉਹ ਫਕੀਰ ਅੱਖਾਂ ਵਿੱਚ ਨੀਰ ਭਰ ਕੇ ਬੈਠਾ, ਤੇ ਇੱਕ ਨੇ ਰਬਾਬ ਖੋਲੀ ਏ, ਦੂਸਰੇ ਹਜ਼ੂਰ ਨੇ ਮੇਰੇ ਗੁਰੂ ਨਾਨਕ, ਉਹਨਾਂ ਦੇ ਨੇਤਰ ਮੁੰਦ ਗਏ ਨੇ, ਨੂਰ ਚਿਹਰੇ ਤੇ ਬਰਸਣ ਲੱਗਾ, ਤੇ ਸਤਿਗੁਰੂ ਦੇ ਮੁਖਾਰ ਪਿੰਡ ਵਿੱਚੋਂ ਅੰਮ੍ਰਿਤਮਈ ਬਾਣੀ ਦਾ ਉਚਾਰਨ ਹੋਣ ਲੱਗਾ। ਉਹ ਫਕੀਰ ਬੈਠਾ, ਖੁਦਾ ਮੈਂ ਤੈਨੂੰ ਪਾਣਾ, ਤੇ ਸ਼ਬਦ ਆਰੰਭ ਹੋਇਆ, ਸੁਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਦਿੱਤਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣਾ ਵਾਲੇ ਤੇਰੇ ਰਹਿ ਸਮਾਏ। ਸਤਿਗੁਰੂ ਜਦੋਂ ਸ਼ਬਦ ਦਾ ਸਮਾਪਤੀ ਕੀਤੀ, ਤੇ ਉਸ ਬਜ਼ੁਰਗ ਦੀਆਂ ਅੱਖਾਂ ਖੁੱਲੀਆਂ ਨੇ, ਇਹ ਪਹਾੜੀ ਕੋਈ ਹੋਰ ਨਹੀਂ, ਉਹ ਹੀ ਪਹਾੜੀ ਏ ਕੀਰਤਪੁਰ ਸਾਹਿਬ ਦੀ, ਜਿੱਥੇ ਅੱਜ ਪੀਰ ਬੁੱਢਣ ਸ਼ਾਹ ਦੀ ਕਬਰ, ਇੱਥੇ ਮੇਰਾ ਗੁਰੂ ਨਾਨਕ ਟਿਕਿਆ। ਤੇ ਪੀਰ ਦੇ ਅੰਦਰ ਚਰਨਾੜ ਛਿੜ ਗਈ, ਲੂ ਲੂ ਦੇ ਵਿੱਚ ਕੋਈ ਬਿਜਲੀ ਦੌੜ ਗਈ, ਤੇ ਇੱਕੋ ਦਮ ਚਰਨਾ ਤੇ ਡਿੱਗ ਕੇ ਕਹਿੰਦਾ, ਯਾ ਵਲੀ ਐ ਖੁਦਾ ਦੇ ਰੂਪ ਤੂੰ ਕੌਣ ਏ। ਤੇ ਜਦੋਂ ਚਰਨਾ ਤੇ ਡਿੱਗਦਾ, ਤੇ ਨਾਲ ਦਾ ਸਾਥੀ ਕਹਿੰਦਾ ਕਿ ਮੇਰਾ ਗੁਰੂ ਨਾਨਕ ਏ, ਨਾਨਕ ਨਿਰੰਕਾਰੀ ਏ, ਨਾਨਕ ਸ਼ਬਦ ਨੇ ਸੁੱਧ ਬੁੱਧ ਭੁਲਾ ਦਿੱਤੀ। ਉਸ ਬੁੱਢਣ ਸ਼ਾਹ ਨੂੰ ਬੇਹੋਸ਼ੀ ਆ ਗਈ, ਚਰਨਾ ਤੇ ਡਿੱਗਾ, ਹਜ਼ੂਰ ਦੇ ਉਹਨੇ ਚਰਨ ਧੋ ਦਿੱਤੇ, ਤੇ ਸਤਿਗੁਰੂ ਨੇ ਸਿਰ ਤੇ ਰੱਖਿਆ ਹੱਥ, ਕਹਿਣ ਲੱਗੇ, ਬੁੱਢਣ ਸ਼ਾਹ ਅੱਜ ਗੁਰੂ ਦੇ ਘਰ ਵਿੱਚ ਤੇਰਾ ਜਨਮ ਹੋਇਆ ਈ, ਧਿਆਨ ਰੱਖਣਾ ਗੁਰ ਪ੍ਰਸਾਦ ਤੋਂ ਬਿਨਾਂ ਪ੍ਰਾਪਤੀ ਨਹੀਂ। ਮੱਥੇ ਤੇ ਹੱਥ ਰੱਖ ਕੇ ਕਹਿਣ ਲੱਗੇ, ਬੁੱਢਣ ਸ਼ਾਹ ਬੋਲ ਵਾਹਿਗੁਰੂ, ਬੁੱਢਣ ਸ਼ਾਹ ਬੋਲ ਸਤ ਕਰਤਾਰ। ਤੇ ਜਦੋਂ ਇੰਨੇ ਸ਼ਬਦ ਕਹਿ ਨੇਤਰ ਖੁੱਲੇ, ਤੇ ਰੂ ਰੂ ਲੂ ਲੂ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਪਈ ਆ, ਸਤ ਕਰਤਾਰ ਦੀ ਧੁਨੀ ਲੱਗ ਗਈ, ਤੇ ਉਹ ਮੱਖਣ ਵਾਹਿਗੁਰੂ ਬੁੱਢਣ ਸ਼ਾਹ ਜਿਹਦਾ ਅਜੇ ਨਵਾਂ ਜਨਾ ਜਨਮ ਹੋਇਆ, ਤੇ ਜਿਹਦੇ ਜਨਮ ਬਾਰੇ ਹਜ਼ੂਰ ਕਹਿੰਦੇ ਨੇ, ਸਤਿਗੁਰੂ ਕਹਿ ਜਨਮੈ ਗਮਨ ਮਿਟਾਇਆ, ਮੇਰਾ ਗੁਰੂ ਆਪਣੇ ਪ੍ਰੇਮ ਦੇ ਪੁੰਗਾੜੇ ਪੁੰਗੂੜੇ ਵਿੱਚ ਇਹਨੂੰ ਲੋਰੀਆਂ ਪੈ ਦਿੰਦਾ, ਤੇ ਇਹਦੀ ਸ਼ੀਸ਼ ਨੂੰ ਆਪਣੀ ਝੋਲੀ ਵਿੱਚ ਰੱਖਿਆ। ਤੇ ਪਰਤ ਪਰਤ ਕੇ ਕਹਿੰਦੇ ਨੇ, ਮੱਖਣ ਸ਼ਾਹ ਕੋ ਵਾਹਿਗੁਰੂ। ਤੇ ਜਦੋਂ ਵਾਹਿਗੁਰੂ ਕਹਿੰਦਾ, ਅੰਦਰ ਨੂੰ ਰਸ ਆਉਂਦਾ, ਤੇ ਹਜ਼ੂਰ ਜਦੋਂ ਆਇਆ ਹੋਸ਼ ਵਿੱਚ ਪੁੱਛਦੇ ਨੇ, ਮੱਖਣ ਸ਼ਾਹ ਕਿੰਨੇ ਸਾਲ ਹੋ ਗਏ ਬੈਠਿਆ? ਕਹਿਣ ਲੱਗਾ, ਦਾਤਾ ਅੱਜ ਦਾ ਨਹੀਂ, ਪਤਾ ਨੀ ਕਿੰਨੀਆਂ ਕੁ ਸਰਦੀਆਂ, ਕਿੰਨੀਆਂ ਕੁ ਗਰਮੀਆਂ, ਕਿੰਨੀਆਂ ਕੁ ਬਸੰਤ ਰੁੱਤਾਂ ਨਿਕਲੀਆਂ ਨੇ। ਸਾਹਿਬ ਕਹਿਣ ਲੱਗੇ, ਖਾਣਾ ਪੀਣਾ ਕੀ ਏ? ਕਹਿੰਦਾ, ਦੋ ਬੱਕਰੀਆਂ ਨੇ, ਦੁੱਧ ਚੋ ਕੇ ਸ਼ਾਮ ਨੂੰ ਪੇਟ ਭਰ ਲੈਣਾ। ਤੇ ਪੁੱਛਿਆ, ਅੱਜ ਤੱਕ ਕੁਝ ਮਿਲਿਆ ਹੀ?
ਤੇ ਹੱਥ ਜੋੜ ਕੇ ਕਹਿੰਦਾ ਬਹੁਤ ਕੁਛ ਮਿਲਿਆ, ਅੱਜ ਹੀ ਮਿਲਿਆ, ਪਹਿਲਾਂ ਨਹੀਂ ਸੀ ਮਿਲਿਆ। ਕਹਿਣ ਲੱਗੇ ਇੰਨਾ ਸਮਾਂ ਹੋ ਗਿਆ, ਪੱਥਰ ਘੱਟ ਗਏ ਨੇ ਬੈਠਿਆਂ ਬੈਠਿਆਂ, ਅਜੇ ਤੱਕ ਤੈਨੂੰ ਕੁਝ ਮਿਲਿਆ ਹੀ ਨਹੀਂ। ਕਹਿਣ ਲੱਗਾ ਨਹੀਂ ਦਾਤਾ, ਅੱਜ ਮਿਲ ਗਿਆ। ਪੁੱਛਿਆ ਕੀ? ਕਹਿਣ ਲੱਗਾ ਸੋਚਦਾ ਸਾਂ ਬੁੱਢਣ ਸ਼ਾਹ ਮਰ ਜਾਏਗਾ ਪਰ ਖੁਦਾ ਦੀ ਪ੍ਰਾਪਤੀ ਨਹੀਂ, ਅੱਜ ਤੇਰੇ ਹੱਥ ਨੇ ਤੇ ਤੇਰੇ ਮੁੱਖ ਨੇ ਜਦੋਂ ਵਾਹਿਗੁਰੂ ਕਿਹਾ ਤੇ ਮੈਂ ਸਮਝਣਾ ਅੱਜ ਮੈਂ ਜੀਵਨ ਦੀ ਬਾਜੀ ਜਿੱਤ ਲਈ। ਜੇ ਇੰਨੇ ਸਾਲ ਪੱਥਰ ਤੇ ਬਹਿ ਕੇ ਗੁਰੂ ਨਾਨਕ ਤੇਰੇ ਵਰਗਾ ਗੁਰੂ ਮਿਲ ਗਿਆ, ਹੋਰ ਮੱਖਣ ਸ਼ਾਹ ਨੂੰ ਦੁਨੀਆਂ ਦੀ ਕੋਈ ਚੀਜ਼ ਨਹੀਂ ਚਾਹੀਦੀ, ਕਿਉਂਕਿ ਗੁਰ ਪ੍ਰਸਾਦ ਤੋਂ ਬਿਨਾਂ ਉਹਦੇ ਘਰ ਦੇ ਅੰਦਰ ਥਾਂ ਨਹੀਂ। ਹਜ਼ੂਰ ਨੇ ਕਿਰਪਾ ਕੀਤੀ, ਤੁਰਨ ਲੱਗੇ। ਕਹਿਣ ਲੱਗਾ ਦਾਤਿਆ ਛੱਡ ਕੇ ਨਾ ਜਾਓ। ਤੇ ਸਾਹਿਬ ਕਹਿਣ ਲੱਗੇ ਮੱਖਣ ਸ਼ਾਹ ਨਹੀਂ, ਵਾਹਿਗੁਰੂ ਬੁੱਢਣ ਸ਼ਾਹ ਤੇਰੇ ਵਰਗੇ ਕਈ ਹੋਰ ਨੇ। ਕਹਿਣ ਲੱਗਾ ਦਾਤਿਆ ਫਿਰ ਕਦੋਂ ਦਰਸ਼ਨ? ਸਰੀਰ ਵਡੇਰਾ, ਮੰਗ ਫਿਰ ਮੰਗ ਲਈਏ ਦਾਤਿਆ, ਫਿਰ ਕਦੋਂ ਦਰਸ਼ਨ? ਤੇ ਹਜ਼ੂਰ ਕਹਿਣ ਲੱਗੇ ਆਵਾਂਗੇ। ਕਹਿੰਦਾ ਸੁੱਚੇ ਮੂੰਹ ਚੱਲਿਓ, ਕੋਈ ਸ਼ਕਣਾ ਨਹੀਂ, ਇੰਨੀ ਦਾਤ ਦਿੱਤੀ ਆ, ਇਹਦੇ ਬਦਲੇ ਕੁਝ ਵੀ ਨਹੀਂ ਲਏਗਾ, ਮੇਰੇ ਕੋਲ ਦੇਣ ਲਈ ਕਹੀਏ। ਆ ਇੱਕ ਦੁੱਧ ਦਾ ਛੰਨਾ ਭਰਿਆ, ਘੱਟੋ ਘੱਟ ਇਹਨੂੰ ਤੇ ਮੁੱਖ ਲਾ ਜਾਓ। ਸਾਹਿਬ ਕਹਿਣ ਲੱਗੇ ਬੁੱਢਣ ਸ਼ਾਹ ਦਰਸ਼ਨ ਮੰਗਣਾ। ਕਹਿਣ ਲੱਗਾ ਫਿਰ ਕਦੋਂ? ਸਾਹਿਬ ਕਹਿਣ ਲੱਗੇ ਆਵਾਂਗਾ, ਛੇਵੇਂ ਜਾਮੇ ਵਿੱਚ ਆਵਾਂਗਾ ਤੇ ਆਪਣੇ ਆਪ ਮੰਗ ਕੇ ਦੁੱਧ ਪੀਆਂਗਾ। ਤੇ ਨਾਲ ਦਾ ਸੱਜਣ ਕਹਿੰਦਾ ਸਤਿਗੁਰੂ ਤੇਰੇ ਕਈ ਚੋਜ ਨੇ, ਕੀ ਤੈਨੂੰ ਪਹਿਚਾਣ ਲਏਗਾ? ਕਹਿਣ ਲੱਗੇ ਜਿਹਦੇ ਅੰਦਰ ਸੱਤ ਕਰਤਾਰ ਤੇ ਗਿਆ, ਗੁਰੂ ਕਿਸੇ ਵੀ ਲਿਬਾਸ ਵਿੱਚ ਆਵੇ, ਕਲਗੀ ਲਾ ਕੇ ਆ ਜਾਏ, ਦੋ ਕਿਰਪਾਨਾਂ ਪਾ ਕੇ ਆ ਜਾਏ, ਸੇਲੀ ਟੋਪੀ ਲੈ ਕੇ ਆ ਜਾਏ, 72 ਸਾਲ ਦਾ ਬਜ਼ੁਰਗ ਬਣ ਕੇ ਆ ਜਾਏ ਤੇ 8 ਸਾਲ ਦਾ ਬਣ ਕੇ ਆ ਜਾਏ, ਸਿੱਖ ਪਹਿਚਾਣ ਹੀ ਲੈਂਦਾ ਹੁੰਦਾ। ਜਿਹਨੂੰ ਗੁਰੂ ਨੇ ਅੰਦਰ ਦੀ ਦਾਤ ਦਿੱਤੀ, ਬਹਿ ਜਾ ਮੱਖ ਵਾਹਿਗੁਰੂ ਬੁੱਢਣ ਸ਼ਾਹ ਇਸ ਥਾਂ ਤੇ ਟਿਕ ਜਾ, ਆਵਾਂਗਾ ਮੰਗ ਕੇ ਤੇਰੇ ਤੋਂ ਦੁੱਧ ਪੀਆਂਗਾ। ਮੇਰੇ ਕਹਿਣ ਤੋਂ ਮੁਰਾਦ ਕੇਵਲ ਇੰਨਾ ਕੁਵੇ, ਜੇ ਇੰਨਾ ਸਮਾਂ ਉਹ ਬੰਦਾ ਪੱਥਰਾਂ ਤੇ ਬੈਠਾ ਰਿਹਾ ਤੇ ਗੁਰੂ ਨਾਨਕ ਦੇ ਚਰਨਾਂ ਵਿੱਚ ਜੁੜਨ ਤੋਂ ਬਿਨਾਂ ਪ੍ਰਾਪਤੀ ਨਹੀਂ, ਤੇ ਜਿਹੜੇ ਬੰਦੇ ਕਹਿੰਦੇ ਫਿਰਦੇ ਨੇ ਕਿ ਗੁਰੂ ਤੋਂ ਬਿਨਾਂ ਰੱਬ ਨਹੀਂ ਮਿਲਦਾ, ਉਹ ਬੁੱਢਣ ਸ਼ਾਹ ਦੀ ਕਬਰ ਤੋਂ ਹੀ ਪੁੱਛ ਲੈ ਕਿ ਗੁਰੂ ਨਾਨਕ ਦੀ ਕਿਰਪਾ ਤੋਂ ਬਿਨਾਂ ਕੁਝ ਮਿਲਿਆ? ਹਜ਼ੂਰ ਤਾਂ ਹੀ ਕਹਿੰਦੇ ਨੇ ਪਰ ਪਿਆਰਿਓ ਗੁਰੂ ਵੀ ਉਹਨਾਂ ਨੂੰ ਮਿਲਦਾ, ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਮੈਂ ਅਰਜ ਕੀਤੀ ਅੱਗੇ, ਹਜ਼ੂਰ ਕਹਿੰਦੇ ਨੇ ਕਿ ਪੂਰਾ ਗੁਰੂ ਉਹਨਾਂ ਨੂੰ ਮਿਲਦਾ, ਨਾਨਕ ਸਤਿਗੁਰ ਤਿੰਨਾ ਮਿਲਾਇਨ ਜਿਨ੍ਹਾਂ ਧੁਰੇ ਪਿਆ ਸੰਯੋਗ, ਜਿਨ੍ਹਾਂ ਦੇ ਮੱਥੇ ਦੇ ਲੇਖ ਮੇਰੇ ਸਤਿਗੁਰੂ ਤੁਸੀਂ ਲਿਖ ਦਿੱਤੇ ਨੇ ਉਹਨਾਂ ਨੂੰ ਗੁਰੂ ਮਿਲਦਾ। ਖੈਰ ਉਸ ਇੱਕ ਓਂਕਾਰ ਤੱਕ ਆਪਾਂ ਹੁਣ ਕਿਵੇਂ ਜਾਣੇ? ਸਤਿਗੁਰੂ ਨੇ ਕਿਰਪਾ ਕੀਤੀ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਕੀ ਜੋਤ ਹੈ। ਕਈ ਸੱਜਣ ਕਹਿੰਦੇ ਨੇ ਗੁਰੂ ਦੇ ਦਰਸ਼ਨ ਕਿਵੇਂ ਕਰਨੇ ਨੇ, ਤੇ ਮੈਂ ਅਰਜ਼ ਕੀਤੀ ਹੈ ਸਵੇਰੇ ਵੀ ਇੱਥੇ ਭਾਈ ਨੰਦ ਲਾਲ ਜੀ ਹੋਰਾਂ ਦੀ ਬਾਣੀ ਨਾ ਪ੍ਰਵਾਨ ਤੇ ਦਰਬਾਰ ਸਾਹਿਬ ਵਿੱਚ ਉਹਨਾਂ ਦੀ ਪਵਿੱਤਰ ਬਾਣੀ ਦਾ ਕੀਰਤਨ ਹੋ ਸਕਦਾ ਤੇ ਹੁੰਦਾ। ਭਾਈ ਨੰਦ ਲਾਲ ਨੇ ਇੱਕ ਸਵਾਲ ਕੀਤਾ ਸੀ, ਗੁਰੂ ਗੋਬਿੰਦ ਸਿੰਘ ਮੈਨੂੰ ਤੋਰਨ ਲੱਗੇ ਹੋ, ਤੇਰੇ ਦਰਸ਼ਨਾਂ ਦੀ ਜਦੋਂ ਚਾਹਣਾ ਹੋਈ ਤੇ ਕਿਵੇਂ ਦਰਸ਼ਨ ਕਰਾਂਗਾ? ਹਜ਼ੂਰ ਨੇ ਇੱਕ ਗੱਲ ਕਹੀ ਤੇ ਭਾਈ ਨੰਦ ਲਾਲ ਦੀ ਬਾਣੀ ਤੇ ਤਾਂ ਅਸੀਂ ਤਰਕ ਨਹੀਂ ਨਾ ਕਰ ਸਕਦੇ। ਕਹਿਣ ਲੱਗੇ ਨੰਦ ਲਾਲ ਮੇਰੇ ਤਿੰਨ ਤਰੀਕਿਆਂ ਨਾਲ ਦਰਸ਼ਨ ਹੁੰਦੇ ਨੀ। ਪੁੱਛਿਆ ਮਹਾਰਾਜ ਕਿਵੇਂ? ਹੁਣ ਸਤਿਗੁਰੂ ਕਹਿੰਦੇ ਇੱਕ ਤਾਂ ਉਹ ਜੋਤ ਹੈ ਜਿਹੜੀ ਸਰਬ ਵਿਆਪਕ ਹੈ, ਨਿਰਗੁਣੇ, ਜਿਹਦੇ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ, ਤੇ ਦੂਸਰੀ ਗੱਲ ਇੱਕ ਚੇਤੇ ਰੱਖੀ ਪਿਆਰਿਆ, ਜੇ ਮੇਰੇ ਨਾਲ ਤੂੰ ਗੱਲ ਕਰਨੀ ਹੈ ਨਾ। ਕਹਿਣ ਲੱਗਾ ਹਾਂ ਮਹਾਰਾਜ, ਜਿਵੇਂ ਹੁਣ ਕਰਨਾ ਵਾ। ਕਹਿੰਦੇ ਨੇ ਅੰਮ੍ਰਿਤ ਵੇਲੇ ਆਵੀ, ਇਸ਼ਨਾਨ ਕਰੀ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਤਿੰਨ ਪ੍ਰਦਖਣਾ ਕਰਕੇ ਕਰੀ ਅਰਦਾਸ, ਤੇ ਕਹੀ ਮੈਂ ਗੁਰੂ ਨਾਨਕ ਤੇਰੇ ਨਾਲ ਗੱਲਾਂ ਕਰਨ ਆਇਆ, ਤੇ ਰੁਮਾਲ ਚੁੱਕ ਕੇ ਜਦੋਂ ਬਾਣੀ ਪੜੇਗਾ ਮੈਂ ਤੇਰੇ ਨਾਲ ਬਚਨ ਕਰਨਾ, ਤੂੰ ਮੇਰੇ ਨਾਲ ਗੱਲਾਂ ਕਰਦਾ ਹੋਵੇਗਾ। ਦੂਜਾ ਰੂਪ ਇਹ ਵੇ ਤੇ ਇੱਕ ਇੱਕ ਅੱਖਰ ਮੇਰਾ ਰੋਮ ਹੀ, ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਮੇਰੇ ਵਿੱਚ ਭੇਦ ਜਾਣਦਾ ਉਹ ਰੱਬ ਤੋਂ ਵਿਛੜ ਜਾਏਗਾ। ਦਾਤਾ ਤੀਸਰਾ ਰੂਪ, ਕਹਿਣ ਲੱਗੇ ਜਿਹੜੇ ਸਿੱਖ ਨੇ ਬਾਣੀ ਜੀਵੀ ਏ, ਜਿਹਦੇ ਰੋਮ ਰੋਮ ਵਿੱਚ ਗੁਰੂ ਕੀ ਬਾਣੀ ਵਸ ਗਈ ਏ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਉਹ ਸਿੱਖ ਦੇ ਦਰਸ਼ਨ ਕਰੀ ਤੇ ਉਹਦੇ ਚਿਹਰੇ ਵਿੱਚੋਂ ਤੈਨੂੰ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੋਣਗੇ। ਪਿਆਰਿਓ ਜਿਸ ਮੁੱਖ ਵਿੱਚੋਂ ਮੇਰੇ ਗੁਰੂ ਨੇ ਦੀਦਾਰ ਦੇਣੇ ਨੇ, ਹੱਥ ਹੋ ਗਈ, ਜਿਸ ਸ਼ੀਸ਼ੇ ਵਿੱਚੋਂ ਗੁਰੂ ਦਾ ਰੂਪ ਦਿਖਣਾ ਹੋਵੇ ਤੇ ਉਸ ਸ਼ੀਸ਼ੇ ਨੂੰ ਬੰਦਾ ਚੋਟ ਮਾਰ ਕੇ ਤੋੜ ਦੇਵੇ ਤੇ ਇਹਦੂ ਵੱਧ ਬਦਕਿਸਮਤੀ ਕੀ ਹੋਵੇਗੀ? ਮੈਂ ਅਰਜ਼ ਕਰਾਂ ਗੁਰੂ ਸਮਰੱਥ ਤੇ ਭਾਈ ਨੰਦ ਲਾਲ ਨੂੰ ਸਾਹਿਬ ਕਹਿੰਦੇ ਨੇ ਤੀਨ ਰੂਪ ਹੈ ਮੋਹੇ ਕੇ, ਸੁਣੋ ਨੰਦ ਚਿਤਲਾਏ, ਨਿਰਗੁਣ ਸਰਗੁਣ ਗੁਰੂ ਸ਼ਬਦ ਕਹੂੰ ਤੋਏ ਸਮਝਾਏ, ਇੱਕ ਰੂਪ ਤਿਉ ਗੁਣ ਤੇ ਪਰੈ
नेत नेत जे निगम उचरै घट घट व्यापक अंतर जामी पूर रहो जो जल घट सामी। अगला वचन कीता जो सिख गुर दर्शन की चाहे दर्शन करे ग्रंथ जी आहे। एदो वड्डा गुरु कित्थों मिलना है जो सिख गुर दर्शन की चाहे दर्शन करे ग्रंथ जी आए। प्रभात समय करके इशनान तीन प्रदर्शना करे इशनान करे सुजान। कह लगे जो मम वचन सुनन की चाहे ग्रंथ जी पढ़े सुने चित लाए। कह लगे प्यारिया ग्रंथ रूप तू मेरो जान इसमें भेद ना रंच पछान। एदे विच रंचक मात्र भेद नहीं। ते तीजा रूप कह लगे तीसर रूप सिख है बोर गुरबाणी रत नित अर पोर। जेड़ा गुरु की बाणी विच रचया होए। मैं एक दिन शायद इथे अर्ज नहीं कीती असी कहने पंजां विच मेरा गुरु वे। ए भी कहा गया कि आत्मा गुरु ग्रंथ साहिब है। शरीर पंज ने पर चेते रखियो शरीर की कीमत तां जे जे आत्मा है। जे आत्मा नहीं ते शरीर की कोई कीमत नहीं। पंजा शरीरां दी कीमत नहीं पंजा दी तां कीमत है जे उन्हां अंदर गुरु की बाणी वसी हुई है। आत्मा तो बिना शरीर नूं कौन पुछदा। हजूर ने बाणी विच नहीं क्या कहन लगे टिचर वसै सुहेलड़ी। भावे गल आत्मा दी ते शरीर दी कीती टिचर वसै सुहेलड़ी। जिचर साथी नाल जां साथी उठी चलिया तां धन खाकू राल। जिचर वसिया कंत घर जियो जियो सब कहात जां उठी चलसी कंतड़ा कोई ना पुछै तेरी बात। पंजां नूं भी ओ परवान ने जिन्हां दे अंदर मेरे गुरु ग्रंथ साहिब दी बाणी कीती होवे। नहीं ते हारी सारी पंज बंदे खड़े करके कह देगा साडे पंज प्यारे नहीं प्यारे। समझो एक सिद्धांत है गुरु दे घर दा। हुण ओ दास गुर प्रसाद असी लैणा कित्थों वे अज दे संदर्भ विचों नाम कित्थों लैणा। ते मैं एक अर्ज करांगा जेड़े वीर दूर गए ने ना उन्हां नाल अपनी बिलकुल नफरत नहीं। तुसी साडे हो असी तुहाडे हां। पर एक गल चेते रखियो कई वारी सतगुरु की बाणी पढ़दे हुंदा है माता तू बड़ा कृपालू है जेड़े तेरे घर विचों भज जांदे ने ना ते जे परत के आउण तेरे लई कृपा करने अपने नाल ही बिठा लेना। ध्यान रखियो प्यारियो जिन्हां ने अजे केसां दी केस नहीं रखे निराश ना होयो तुरो इस घर वल नूं। सत्ता बलवंत किसे दिन कह के गए सन गुरु नानक दी कीमत साडे करके वे ते जिदन कहा नहीं बाबा तेरे करके असी तुरे फिरने आ। जदो उस जबान ने जिन्हें कहा सी गुरु अर्जन नूं कौन जानदा है उसे क्या कहन लगे उगमनो तै आत्मनो चो चक्की कियन लोवा जिनी गुरु ना सेवियो मन मुखा पया मोवा। एदो वड्डी बेमुख बंदे दे अंदर तपदी हुई मिसाल कित्थों मिलेगी। जेड़े तुर गए ते परत के आके क्या गुरु अर्जन साहिब लेंदे तो चढ़दे तक चढ़दे तो लेंदे तक तेरे तो बिना साडा कोई नहीं। जदो वार कही ते मेरे गुरु ने एनी कृपा कीती कह लगे पुत्र सता बलवंत भुल गए सो कोई नहीं अज तो बाद गुरु नानक दी बाणी बराबर तुहाडी बाणी नूं नमस्कार होवे। आओ तां सही सजनो इह गुरु बड़ा दयालू जे। मैं प्रोफेसर पूरन सिंह दी कुछ किताबां पढ़ियां वाहिगुरु बचाई मैं तो। प्रोफेसर पूरन सिंह बड़ी अंदर दी गल करदे ने उहनूं पढ़न लई ना सुरती दा मार्ग बहुत जरूरी। उहदी किताब खुले लेख उहदा जिहड़ा मुख बंदे ना उस बंदे ने कमाल कर दित्ते। ਉਹ ਜਪਾਨ ਚਲਾ ਗਿਆ ਸੀ ਅੰਮ੍ਰਿਤਧਾਰੀ ਸੀ ਕੇਸਵਾਂ ਦੀ ਬਿਦ ਵੀ ਕਰ ਦਿੱਤੀ। ਖੈਰ ਇਹ ਵੱਖਰਾ ਵਿਸ਼ਾ ਕਿਵੇਂ ਉਹ ਤਬਦੀਲ ਹੋਇਆ ਕੋਸ਼ਿਸ਼ ਕਰਾਂਗਾ ਕਿਸੇ ਦਿਨ ਇਹਨੂੰ ਵੀ ਸੰਗਤ ਦੇ ਸਮਕਸ਼ ਰੱਖਾਂ। ਜਦੋਂ ਉਹ ਕਹਿੰਦੇ ਨੇ ਵਾਪਸ ਆਏ ਭਾਈ ਵੀਰ ਸਿੰਘ ਨੇ ਇੱਕ ਵਾਰੀ ਛਾਤੀ ਨਾਲ ਲਾਇਆ ਸੀ ਤੇ ਸਿਰ ਤੇ ਹੱਥ ਫੇਰ ਕੇ ਕਿਹਾ ਸੀ ਪੁੱਤਰ ਗੁਰੂ ਕਲਗੀ ਵਾਲੇ ਦੀ ਬੋਹਰੀ ਤੇ ਇਹ ਮੋਹਰ ਮੇਰੇ ਗੁਰੂ ਨੇ ਕਾਇਮ ਰੱਖੀ ਪੁੱਤਰ ਦੇ ਕੇ ਤੇ ਗੁਰੂ ਦੀ ਬੋਹਰ ਨੂੰ ਕੱਤੀ ਦਾ ਨਹੀਂ। ਜਦੋਂ ਹੱਥ ਫੇਰਿਆ ਅੰਦਰ ਚਰਦਾਰ ਛਿੜ ਪਈ ਤੇ ਘਰ ਗਿਆ ਤੇ ਚਿੱਟੀ ਦਸਤਾਰ ਬੱਧੀ ਤੇ ਘਰ ਸ਼ੇਵ ਕਰਨ ਵਾਲਾ ਆਉਂਦਾ ਸੀ ਤੇ ਜਦੋਂ ਉਹਨੇ ਲਿਆ ਕੇ ਕੈਂਚੀ ਲਿਆਂਦੀ ਉਸ ਤਰ੍ਹਾਂ ਲਿਆਂਦਾ ਤੇ ਹੱਥ ਕੇ ਕਹਿਣ ਲੱਗਾ ਸੱਜਣਾ ਤੇਰੀ ਰੋਜੀ ਏ ਪੈਸੇ ਜਿੰਨੇ ਮਰਜ਼ੀ ਲੈ ਲਈ ਪਰ ਜਿਸ ਸਿਰ ਤੇ ਗੁਰੂ ਨਾਨਕ ਦੇ ਗੁਰਮੁਖ ਦਾ ਹੱਥ ਫਿਰ ਜਾਏ ਨਾ ਉਸ ਸਿਰ ਉੱਤੇ ਕਦੀ ਕੈਂਚੀ ਨਹੀਂ ਫਿਰਦੀ ਹੁੰਦੀ। ਅੱਜ ਤੋਂ ਬਾਅਦ ਇੱਥੇ ਕੈਂਚੀ ਨਹੀਂ ਫਿਰਨੀ। ਉਹਨੇ ਫਿਰ ਕਲਮ ਚੁੱਕੀ ਉਹਨੇ ਲਿਖਿਆ ਤੇ ਬੰਦ ਜਿਹੜਾ ਮੁੱਖ ਬੰਦ ਉਹਨੇ ਖੁੱਲੇ ਮੈਂ ਲੇਖ ਵਿੱਚ ਲਿਖਿਆ। ਉਹ ਕਹਿੰਦਾ ਮੁੱਦਤਾ ਪਹਿਲਾਂ ਉਹਦੀ ਸ਼ਬਦਾਵਲੀ ਏ ਮੁੱਦਤਾ ਪਹਿਲਾਂ ਮੈਂ ਬਾਪੂ ਤੇਰੇ ਘਰੋਂ ਭਗੌੜਾ ਹੋ ਗਿਆ ਮੈਂ ਚਲਾ ਗਿਆ। ਕਹਿੰਦਾ ਗੁਰਮੁਖੀ ਮੈਂ ਮਾਂ ਦੇ ਦੁੱਧ ਤੋਂ ਨਹੀਂ ਸਿੱਖੀ ਛੋਟਾ ਸਾਂ ਚਲਾ ਗਿਆ ਅਜੇ ਤੱਕ ਵੀ ਕਹਿੰਦਾ ਮੈਨੂੰ 35 ਅੱਖਰਾਂ ਵਿੱਚੋਂ ਕਈ ਅੱਖਰ ਪਾਣੇ ਨਹੀਂ ਜੇ ਆਉਂਦੇ। ਕਹਿੰਦਾ ਵਾਪਸ ਆਇਆ ਤੇ ਬਾਪੂ ਨੇ ਦਿਲਾਸਾ ਦਿੱਤਾ ਭਾਈ ਵੀਰ ਸਿੰਘ ਨੇ
ਬਾਪੂ ਨੇ ਦਿਲਾਸਾ ਦਿੱਤਾ ਤੇ ਮੈਨੂੰ ਕਹਿਣ ਲੱਗਾ, ਬੇਟਾ ਤੂੰ ਤਾਂ ਭਾਵੇਂ ਚਲਾ ਗਿਆ ਸੀ, ਪਰ ਗੁਰੂ ਦਾ ਦਰਵਾਜ਼ਾ ਤਾਂ ਉਦੋਂ ਦਾ ਖੁੱਲਾ ਤੇਰੀ ਇੰਤਜ਼ਾਰ ਪਿਆ ਕਰਦਾ ਕਿ ਤੂੰ ਮੇਰਾ ਮੇਰੇ ਕੋਲ ਆਵੇਂਗਾ। ਕਹਿਣ ਲੱਗਾ, ਬਾਪੂ ਦਾ ਘਰ ਖੁੱਲਾ ਸੀ, ਜਦੋਂ ਮੈਂ ਮੱਥਾ ਟੇਕਿਆ ਗੁਰਮੁਖ ਨੇ ਛਾਤੀ ਨਾ ਲਾਇਆ, ਉਸੇ ਵਕਤ ਕਹਿੰਦਾ ਕਵਿਤਾ ਦਾ ਜਨਮ ਹੋਇਆ, ਉਸੇ ਵਕਤ ਵਾਰਤਕ ਦਾ ਜਨਮ ਹੋਇਆ, ਉਸੇ ਵਕਤ ਕਹਿਣ ਲੱਗਾ ਗੁਰਮੁਖੀ ਦਾ ਜਨਮ ਹੋਇਆ ਤੇ ਕਹਿੰਦਾ ਮੇਰੇ ਬਾਪੂ ਤੂੰ ਕਿੰਨਾ ਕਿਰਪਾਲੂ ਵੇ। ਕਹਿੰਦਾ ਮੇਰੀਆਂ ਅੱਖਾਂ ਵੀ ਜਿਹੜੀ ਚਮਕੇ ਮੇਰੀ ਨਹੀਂ, ਉਸ ਗੁਰਮੁਖ ਦੀ ਦੇ ਜਿਸ ਗੁਰਮੁਖ ਨੇ ਮੈਨੂੰ ਪਰਤ ਕੇ ਬਾਪੂ ਦੇ ਚਰਨਾਂ ਨਾਲ ਜੋੜ ਦਿੱਤਾ। ਮੇਰੇ ਹਿਰਦੇ ਵਿੱਚ ਜਿਹੜੀ ਕਣੀ ਮਗਦੀ ਏ ਮੇਰੀ ਨਹੀਂ, ਉਸ ਗੁਰਮੁਖ ਦੀ ਏ ਜਿਹਨੇ ਗੁਰੂ ਨਾਲ ਜੋੜਿਆ। ਕਹਿਣ ਲੱਗਾ ਮੇਰੇ ਖੂਨ ਦਾ ਜਿਹੜਾ ਦੌਰਾ ਮੇਰਾ ਨਹੀਂ, ਮੇਰੇ ਉਸ ਕਲਗੀ ਵਾਲੇ ਦਾ ਜਿਹਦੇ ਪਰਤ ਕੇ ਮੈਨੂੰ ਫਿਰ ਆਪਣਾ ਬਣਾ ਲਿਆ। ਸਾਧ ਸੰਗਤ ਆਓ ਗੁਰ ਪ੍ਰਸਾਦ ਆਪਾਂ ਲਈਏ। ਮੇਰਾ ਗੁਰੂ ਬੜਾ ਵੱਡਾ, ਮੈਂ ਤਾਂ ਕਈ ਵਾਰੀ ਅਰਜ਼ ਕਰਦਾ, ਕਈ ਵਾਰੀ ਸਾਡੇ ਸਿੱਖ ਆਪਣੇ ਗੁਰਸਿੱਖ ਨਾ ਆ ਪੰਕਤੀਆਂ ਸੁਣਾਉਂਦੇ ਹੁੰਦੇ ਨੇ। ਪਿੰਡਾਂ ਵਿੱਚ ਇੱਕ ਵਹਿਮ ਭਰਮ ਹੈ, ਪਰ ਉਦਾਹਰਣ ਵਾਲਾ ਪੱਖ ਲੈਣਾ ਸਿਰਫ। ਜਦੋਂ ਬੱਚੇ ਨੂੰ ਨਜ਼ਰ ਲੱਗਦੀ ਹੈ ਨਾ, ਤੇ ਮਾਈਆਂ ਪਤਾ ਕੀ ਕਰਦੀਆਂ ਨੇ, ਉਹਦੀ ਨਜ਼ਰ ਨੂੰ ਉਤਾਰਨ ਨੂੰ, ਰੋਗ ਨੂੰ ਉਤਾਰਨ ਨੂੰ ਕਈ ਵਾਰੀ ਚੁਰਸਤੇ ਦੀ ਮਿੱਟੀ ਵਾਰਦੀਆਂ ਨੇ। ਇਹਦਾ ਮਤਲਬ ਇਹ ਹੁੰਦਾ ਵੀ ਇਹਨੂੰ ਨਜ਼ਰ ਨਾ ਲੱਗੇ। ਜਵਾਨੀਆਂ ਮਾਣੇ ਕਈ ਵਾਰੀ ਮਰਚਾਂ ਵਾਰੀਆਂ ਜਾਂਦੀਆਂ ਨੇ, ਇਹਦਾ ਮਤਲਬ ਹੈ ਮੇਰੇ ਬੱਚੇ ਨੂੰ ਕਦੀ ਰੋਗ ਨਾ ਲੱਗੇ। ਤੇ ਕਈ ਵਾਰੀ ਉਸ ਬੱਚੇ ਦੀ ਜਦੋਂ ਸ਼ਾਦੀ ਹੁੰਦੀ ਏ ਤੇ ਮਾਂ ਉਹਨਾਂ ਤੋਂ ਪਾਣੀ ਵਾਰ ਕੇ ਪੀਂਦੀ ਏ, ਇਸ ਵਾਸਤੇ ਮੇਰੇ ਪੁੱਤਰ ਤੂੰ ਸਖੀ ਵਸੇ। ਪਰ ਮੇਰੇ ਕਲਗੀ ਵਾਲਿਆ, ਕੋਈ ਆਪਣੇ ਪੁੱਤਰਾਂ ਤੋਂ ਮਿੱਟੀ ਵਾਰਦਾ, ਕੋਈ ਮਰਚਾਂ ਮਾਰਦਾ, ਕੋਈ ਪਾਣੀ ਮਾਰ ਕੇ ਪੀਂਦਾ। ਮੇਰੇ ਪੁੱਤਰ ਚਿਰ ਜਵਾਨੀਆਂ ਮਾਨਣ, ਤੇ ਤੂੰ ਆਪਣਾ ਖਾਲਸਾ ਜਿਹੜਾ ਪੁੱਤਰ ਪੈਦਾ ਕੀਤਾ, ਨਾ ਤੂੰ ਮਰਚਾਂ ਵਾਰੀਆਂ, ਨਾ ਮਿੱਟੀ ਵਾਰੀ, ਨਾ ਪਾਣੀ ਵਾਰਿਆ, ਤੂੰ ਆਪਣੇ ਚਾਰੇ ਪੁੱਤਰ ਹੀ ਇਹਨਾਂ ਉੱਤੋਂ ਵਾਰ ਦਿੱਤੇ। ਧਿਆਨ ਰੱਖਣਾ, ਇਸੇ ਕਰਕੇ ਕਿਹਾ ਸੀ। ਕਹਿਣ ਲੱਗੇ ਇਹ ਗੁਰੂ ਕੇ ਸਿੱਖਾ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ, ਕਿਉਂ ਵਾਰੇ? ਇਸ ਕਰਕੇ ਮੇਰੇ ਖਾਲਸੇ ਪੁੱਤਰ ਦੀ ਉਮਰ ਲੰਮੀ ਹੋਵੇ। ਕਹਿਣ ਲੱਗੇ ਚਾਰ ਮੂਵੇ ਤੋਂ ਕਿਆ ਹੁਆ ਜੀਵਤ, ਕਈ ਹਜ਼ਾਰ ਇਹਨਾਂ ਪੁੱਤਰਾਂ ਨੂੰ ਵੇਖ ਕੇ ਕਿਹਾ ਸੀ, ਬੱਚਿਓ ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭ ਹੈ ਕਰਤਾਰਾ। ਉਸ ਗੁਰੂ ਦੀ ਕਿਰਪਾ ਲਵੋ, ਅੰਮ੍ਰਿਤ ਦੀ ਦਾਤ ਲਵੋ ਪਿਆਰਿਓ, ਤੇ ਗੁਰੂ ਮੰਤਰ ਲਵੋ, ਮੂਲ ਮੰਤਰ ਲਵੋ। ਜੇ ਇੱਕ ਓੰਕਾਰ ਨਾਲ ਜੁੜਨਾ ਤੇ ਗੁਰ ਪ੍ਰਸਾਦ ਲੈਣਾ ਪਏਗਾ। ਤੇ ਫਿਰ ਅਸੀਂ ਕਹਿੰਦੇ ਮਾਇਆ ਵਿੱਚ ਖਚਤਾ ਜੀ, ਸਾਡੇ ਤੇ ਕਿਰਪਾ ਕਿੱਥੇ? ਤੇ ਰੋਜ਼ ਨਿਤਨੇਮ ਕਰਦੇ ਨੀ, ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ। ਗੁਰੂ ਤਾਂ ਮਾਇਆ ਵਿੱਚ ਵੀ ਕਿਰਪਾ ਕਰ ਦਿੰਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰੇ ਆਪਾਂ ਵੀ ਗੁਰ ਪ੍ਰਸਾਦ ਲੈ ਸਕੀਏ। ਤੇ ਗੁਰੂ ਜਦੋਂ ਕਿਰਪਾ ਕਰਦਾ ਫਿਰ ਜੀਵਨ ਵੀ ਤਬਦੀਲੀ ਕਿੰਨੀ ਏ। ਇੱਕ ਬਚਨ ਕਹਿ ਕੇ ਮੈਂ ਸਮਾਪਤੀ ਕਰਾਂ। ਗੁਰੂ ਅੰਗਦ ਸਾਹਿਬ ਦੀ ਉਸ ਵਿੱਚ ਅਖੀਰ ਦਾ ਇੱਕ ਸਵਈਆ, ਸਵਈਆ ਅਮੈ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਵੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਹੈ ਖੋਵੈ ਗੁਰ ਨਿਵਨਿਤ ਦਰਿਆਓ ਜਨਮ ਹਮ ਕਾਲਕ ਧੂਮੈ। ਪਰ ਇਹ ਕਿਰਪਾ ਜੀ ਗੁਰੂ ਦੀ, ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਬਾਰੇ ਜਦੋਂ ਅਸੀਂ ਪੜ੍ਹਦੇ ਹਾਂ ਸਾਨੂੰ ਉਸ ਜੋਤ ਦੇ ਜਿਹੜੇ ਬਚਨ ਨੇ ਅੱਜ ਵੀ ਇਹਦੇ ਤੇ ਟੁਕਾਣੇ ਪੈਣਗੇ। ਭੱਟ ਕਹਿੰਦੇ ਨੇ ਗੁਰੂ ਅੰਗਦ ਸਾਹਿਬ ਜਦੋਂ ਤੁਸੀਂ ਆਪਣੇ ਨੇਤਰ ਖੋਲਦੇ ਹੋ ਨਾ, ਤੇਰੀ ਅੰਮ੍ਰਿਤ ਭਰੀ ਨਿਗਾਹ ਜਿਹਦੇ ਤੇ ਪੈ ਜਾਂਦੀ, ਉਹਦੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਚਲਾ ਜਾਂਦਾ। ਜਿਹਦੇ ਤੇ ਤੂੰ ਕਿਰਪਾ ਕਰਨਾ ਉਹਦੇ ਅੰਦਰੋਂ ਦੁੱਖ ਚਲੇ ਜਾਂਦੇ ਨੇ। ਤੂੰ ਇੱਕ ਦਰਿਆ ਹੈ ਨਾ, ਤੇਰੇ ਵਿੱਚ ਇਸ਼ਨਾਨ ਕਰਨ ਵਾਲਿਆਂ ਦੇ ਪਾਪਾਂ ਦੀ ਮੈਲ ਲੈ ਜਾਂਦੀ। ਅਮੈ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਹੈ ਖੋਵੈ ਗੁਰ ਨਵਦੀਪ ਦਰਿਆਓ ਜਨਮ ਹਮ ਕਾਲਕ ਤੋਵੈ ਸੋ ਕਹੋ ਟਲ ਗੁਰ ਸੇਵੀਐ ਐਨ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਗੁਰ ਪ੍ਰਸਾਦ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਤਾਂ ਹੀ ਬਾਬਾ ਕਹਿੰਦੇ ਨੇ ਜੇ ਸੋ ਚੰਦਾ ਉਗਵੈ ਸੂਰਜ ਚੜੈ ਹਜ਼ਾਰ ਇਹ ਤੈ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ ਗੁਰ ਪ੍ਰਸਾਦ ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੈ ਗੁਰ ਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੈ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੁਰ ਪ੍ਰਸਾਦ। ਗੁਰੂ ਦੀ ਕਿਰਪਾ ਤੋਂ ਬਿਨਾਂ ਕਦੀ ਕਿਸੇ ਨੂੰ ਪ੍ਰਾਪਤੀ ਨਹੀਂ ਹੋਈ। ਤੇ ਉਸ ਗੁਰੂ ਨੂੰ ਮਿਲ ਜਿਹਦੇ ਬਾਰੇ ਕਹਿੰਦੇ ਨੇ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ ਮਨ ਕੀ ਦੁਬਦਾ ਬਿਣਸ ਜਾਏ ਹਰ ਪਰਮ ਪਦ ਲਈਐ ਨਾਰਾਇਣ ਨਰਪਤ ਨਮਸਕਾਰ ਹੈ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ ਗੁਰ ਪ੍ਰਸਾਦ ਭੁਲੈ ਮਾਰਗ ਜਿਨੇ ਬਿਤਾਇਆ ਐਸਾ ਗੁਰ ਵਡਭਾਗੀ ਪਾਇਆ ਸਿਮਰ ਮਨਾ ਰਾਮ ਨਾਮ ਚਿਤਾਰੇ ਬਸ ਰਹਿ ਹਿਰਦੈ ਗੁਰ ਚਰਨ ਬਿਆਰੇ ਗੁਰ ਪੂਰੈ ਮੇਰੀ ਰਾਤ ਲਈ ਗੁਰ ਪ੍ਰਸਾਦ ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ ਜਨਮ ਜਨਮ ਕੀ
ਮਹਿਲ ਗਈ ਨਿਵਰੇ ਦੂਤ ਦੁਸ਼ਟ ਬਹਿਰਾਈ ਗੁਰਪੁਰਹਿ ਕਾ ਜਪਿਆ ਜਾਪ ਕਹਾਂ ਕਰੇ ਕਉ ਬੇਚਾਰਾ ਪ੍ਰਭ ਮੇਰੇ ਕਾ ਬੜ ਪ੍ਰਤਾਪ ਗੁਰ ਪ੍ਰਸਾਦ ਸਾਹਿਬ ਕਹਿਣ ਲੱਗੇ ਪਿਆਰਿਆ ਜੇ ਕੁਝ ਲੈਣਾ ਚਾਹੁੰਦੇ ਤੇ ਕਿਰਪਾ ਮੰਗ ਤੇ ਆਪਾਂ ਵੀ ਕਿਰਪਾ ਮੰਗੀਏ ਕਰਮ ਤੇ ਸਾਡੇ ਕੋਈ ਨੀ ਜੇ ਛੁੱਟਣ ਵਾਲੇ ਮੈਂ ਵੈਸੇ ਆਪਣੀ ਗੱਲ ਕਰਨਾ ਸਾਹਿਬ ਕਹਿੰਦੇ ਨੇ ਕਿਰਤ ਕਰਮ ਕੇ ਵਿਛੜੇ ਕਰਮ ਮਸ਼ਹੂਰ ਜ਼ਰੂਰ ਦਿੰਦੇ ਨੇ ਪਰ ਮਿਲਾਂਦੇ ਨਹੀਂ ਮਿਲੀ ਦਾ ਕਿਰਪਾ ਨਾਲ ਹੀ ਕਰ ਕਿਰਪਾ ਮਿਲੋ ਰਾਮ ਗੁਰ ਪ੍ਰਸਾਦ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੇ ਇਸ ਤੋਂ ਅੱਗੇ ਵਿਚਾਰ ਆਪਾਂ ਸੋਮਵਾਰ ਨੂੰ ਕਰਾਂਗੇ ਜਪ ਕੀ ਜਪਣਾ ਕਿਨੂੰ ਜਪਣਾ ਜਪਦਿਆਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਗੁਰੂ ਬਖਸ਼ਿਸ਼ ਕਰਨ ਆਉਣ ਵਾਲੇ ਦਿਨਾਂ ਵਿਚ ਆਪਾਂ ਸਾਹਿਬ ਦੇ ਬਚਨ ਕਰੀਏ ਬੇਅੰਤ ਭੁੱਲਾਂ ਹੁੰਦੀਆਂ ਨੇ ਕਈ ਵਾਰੀ ਸਰੂਰ ਵਿਚ ਆਇਆ ਹੋਇਆ ਬੰਦਾ ਜਾਂ ਪ੍ਰੇਮ ਵਿਚ ਭੱਜੇ ਹੋਏ ਬੰਦੇ ਦੇ ਮੁੱਖ ਵਿਚੋਂ ਕੇ ਸ਼ਬਦ ਅੱਗੇ ਪਿੱਛੇ ਵੀ ਹੋ ਜਾਏ ਤੇ ਕਿਰਪਾ ਕਰਕੇ ਬਖਸ਼ ਦਿਆ ਕਰੋ।